ਜੇਤੂ ਟੀਮ ਦਾ ਮੈਚ ਫਿਰੇ ਖੰਜਰਵਾਲ ਦੀ ਟੀਮ ਦੇ ਨਾਲ ਖੇਡਿਆ ਜਾਣਾ ਜੀ। ਇੱਕ ਨੰਬਰ ਗਰਾਊਂਡ ਤੇ ਜਿਹੜੀ ਟੀਮ ਜਿੱਤੂਗੀ ਉਹ ਗਰਾਊਂਡ ਤੇ ਜਿੱਤੀ ਰਹੇ ਉਹਦਾ ਮੈਚ ਖੰਜਰਵਾਲ ਦੀ ਟੀਮ ਦੇ ਨਾਲ, ਔਰ ਦੋ ਨੰਬਰ ਗਰਾਊਂਡ ਦਾ ਮੈਚ ਤਾਂ ਚਾਲੂ ਕਰ ਦਿੰਦਾ ਜੀ। ਟਾਸ ਕਰ ਲਓ ਮੇਰਾ ਵੀਰ ਬਣ ਕੇ, ਸੋਨੀ ਕਰਿਓ ਟਾਸ ਮੇਰਾ ਭਾਈ। ਟੱਲੋ ਭਾਈ ਆ ਗਿਆ ਮਿੱਠੂ ਇੱਕ ਨੀ ਮੈਚ ਕਰਵਾਉਣ ਲਈ, ਓਕੇ ਜੀ ਓਕੇ, ਬਹੁਤ ਬਹੁਤ ਧੰਨਵਾਦ। ਕਾਲੀਆਂ ਦੇ ਪਿੰਡ ਦਾ ਗੁਰੇ ਕਿ ਫੈਜ ਗੱਡੀਆ ਆਇਆ, ਫੈਜ ਗੱਡੀਆ ਸ਼ੁਕਰੀਆ ਜੀ। ਹੈਲੋ, ਲੈ ਵੀ ਕਰੋ ਸ਼ੁਰੂ ਮੈਚ ਮੇਰਾ ਵੀਰ। ਦੋ ਨੰਬਰ ਗਰਾਊਂਡ ਦੇ ਵਿੱਚ ਦੋਨੋਂ ਟੀਮਾਂ ਜਿਹੜੀਆਂ ਪੁੱਜ ਗਈਆਂ ਆਪਣੇ ਕੋਲ। ਮੇਰੇ ਖੰਜਰਵਾਲ ਦੀ ਟੀਮ ਦਾ ਕੋਈ ਇੱਕ ਖਿਡਾਰੀ, ਖੰਜਰਵਾਲ ਦੀ ਟੀਮ ਨਜ਼ਰ ਨਹੀਂ ਆ ਰਹੀ ਕਿਤੇ, ਖੰਜਰਵਾਲ ਦੇ ਖਿਡਾਰੀ ਕਿਰਪਾ ਕਰਕੇ ਗਰਾਊਂਡ ਨੰਬਰ ਇੱਕ ਦੇ ਨੇੜੇ ਆ ਜਾਓ ਬਾਈ ਜੀ। ਖੰਜਰਵਾਲ ਬਹੁਤ ਵਧੀਆ ਮੈਚ ਇਸ ਤੋਂ ਬਾਅਦ ਖੇਡੇ ਜਾਣਗੇ। ਆਰ ਇਧਰਲੇ ਪਾਸੇ ਜਿਹੜਾ ਬਾਈ ਕਲੀਅਰ ਮੈਚ ਆਪਣੇ ਕੋਲ ਨਿਕਲਿਆ ਪਨਿਹਾਲੀ ਤੇ ਚੱਕ ਕਲਾਂ ਦੀ ਟੀਮ ਦਾ, ਜਲਦੀ ਦੇ ਨਾਲ ਆਪਾਂ ਇਹ ਮੈਚ ਦੀ ਸ਼ੁਰੂਆਤ ਕਰ ਦਿਆਂਗੇ। ਚੱਕਾਂ ਵਾਲੇ ਕਹਿੰਦੇ ਜੋਪੇ ਹੁਣੀ ਆ ਗਿਆ, ਜਗਜੀਤੇ ਵਰਗਿਆਂ ਦਾ ਨਾਂ ਚੱਲਿਆ, ਸੋਨੀ ਰਿੱਕੀ ਕਲੱਬ ਕਹਿੰਦੇ ਚੱਕ ਕਲਾਂ ਦੀ ਟੀਮ ਆ ਗਈ। ਰਿੱਕੀ ਸਾਡਾ ਭਰਾ ਸਾਥੋਂ ਸਦਾ ਲਈ ਵਿਛੜਿਆ, ਪਰ ਜਿੰਨਾ ਟਾਈਮ ਖੇਡ ਵਾਲੀਬਾਲ ਜਿਹੜੀ ਹੁੰਦੀ ਰਹੇਗੀ, ਖੇਡ ਮੇਲੇ ਹੁੰਦੇ ਰਹਿਣਗੇ ਤੇ ਰਿੱਕੀ ਦਾ ਜ਼ਿਕਰ ਹਮੇਸ਼ਾ ਇਹਨਾਂ ਗਰਾਊਂਡਾਂ ਦੇ ਵਿੱਚ ਹੁੰਦਾ ਰਹਿਣਾ ਹੈ। ਖੰਜਰਵਾਲ ਦੀ ਟੀਮ ਬਾਈ ਜੀ ਇੱਕ ਨੰਬਰ ਗਰਾਊਂਡ ਦੇ ਵਿੱਚ ਮੈਚ ਖੇਡਣ ਲਈ ਮੁੰਡੇ ਆ ਜਾਣ। ਲਓ ਸਿਰੇ ਦਾ ਮੁਕਾਬਲਾ ਜਿਹੜਾ ਹੁਣ ਸ਼ੁਰੂ ਹੋਣ ਜਾ ਰਿਹਾ ਗਰਾਊਂਡ ਨੰਬਰ 2 ਦੇ ਵਿੱਚ ਮੇਰੇ ਮਿੱਤਰੋ। ਇੱਕ ਪਾਸੇ ਕਹਿੰਦੇ ਜ਼ਿਲ੍ਹੇ ਸਰਸੇ ਦੀ ਟੀਮ ਹੈ, ਹਰਿਆਣੇ ਵਾਲੇ ਮੁੰਡੇ ਪੁੱਜ ਗਏ ਹੈ, ਤੇ ਇੱਕ ਪਾਸੇ ਕਹਿੰਦੇ ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਹੈ ਕਹਿੰਦੇ। ਉਹ ਗੱਲਾਂ ਹੋਣ ਗਈਆਂ, ਵੱਡਾ ਮੈਚ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਵੀ ਮੈਚ। ਉਹ ਸ਼ੁਰੂ ਦੇਖ ਲਓ ਹੋਣ ਲੱਗਿਆ ਤੇ ਲੱਗਿਆ ਕੱਪ ਦਾ ਫੈਸਲਾ, ਹੋਰ ਦੇਖੋ ਮਾਰੀ ਹੋਈ ਹੈ ਬਿਸਲ, ਦੇਖੋ ਰੈਫਰੀ ਨੇ, ਤੇ ਦਰਸ਼ਕ ਲੱਗੇ ਨੇ ਤਾੜੀਆਂ ਲਾਉਣ। ਦੇਖੋ ਉਹ ਦੋਵੇਂ ਟੀਮਾਂ ਲਾਉਣ ਗਈਆਂ ਜ਼ੋਰ ਪੂਰਾ, ਤੇ ਮਾਰ ਲੈਂਦਾ ਹੈ ਬਾਜੀ ਹੁਣ ਕੌਣ, ਦੇਖੋ ਹੁਣ ਕੌਣ, ਦੇਖੋ ਬੜਾ ਸਿਰੇ ਦਾ ਮੁਕਾਬਲਾ ਖੇਡਿਆ ਜਾਣਾ ਹੈ ਖੇਡ ਦੇ ਮੈਦਾਨ ਦੇ ਵਿੱਚ। ਇਧਰਲੇ ਪਾਸੇ ਚੱਕਾਂ ਵਾਲੇ ਮੁੰਡੇ ਆ ਗਏ, ਜਿਹੜੀ ਟੀਮ ਪੁੱਜ ਗਈ ਉਧਰ ਸਟੇਜ ਵਾਲੇ ਪਾਸੇ। ਦਫੜੇ ਕਿੰਨੇ ਦਾ ਮੈਚ ਹੈ ਇੱਕ ਵਾਰੀ ਦੱਸ ਦਿਓ ਜ਼ਰੂਰ। ਓਕੇ ਜੀ, ਲੈ ਵੀ 19 ਪੁਆਇੰਟਾਂ ਦਾ ਮੈਚ ਹੈ, ਮੈਚ ਦੀ ਸ਼ੁਰੂਆਤ ਵੀਰੇ ਹੋ ਗਈ। ਇੱਕ ਵਾਰੀ ਪਹਿਲਾਂ ਤਾਂ ਟੀਮਾਂ ਨੋਟ ਕਰਵਾ ਦਈਏ ਜੀ, ਜੋ ਵੀ ਟੀਮ ਵੀਰੇ ਗਈ ਚੱਲੀ ਆ ਰੇਲਵੇ ਲਾਈਨ ਵਾਲੇ ਪਾਸੇ। ਇਹ ਕਹਿੰਦੇ ਪਨਿਹਾਰੀ ਪਿੰਡ ਆ ਮੁੰਡਿਆਂ ਦਾ, ਜ਼ਿਲ੍ਹੇ ਸਰਸੇ ਦੇ ਬੁੱਕਲ ਦੇ ਵਿੱਚ ਵਸਿਆ ਹੋਇਆ ਔਰ ਸੈਂਟਰ ਚ ਪਨਿਹਾਰੀ ਵਾਲਾ ਕਹਿੰਦੇ ਸ਼ਾਲੂ ਖੇਡਦਾ ਦੁਨੀਆ, ਕੰਪਿਊਟਰ ਕਹਿੰਦੀ ਖੇਡ ਵਾਲੀਬਾਲ ਦਾ, ਤੇ ਨਾਲ ਜਿਹੜਾ ਮੁੰਡਾ ਖੱਬੇ ਪਾਸੇ ਖੇਡਦਾ ਸ਼ਾਲੂ ਦੇ ਗੁਰੂ ਸਰ ਜੋਤਾ ਪਿੰਡ ਹੈ।
ਸੋਢੀ ਕਹਿੰਦੇ ਆ ਨਾ ਮੁੰਡੇ ਦਾ ਨਾਮ, ਔਰ ਦੂਜੇ ਪਾਸੇ ਕਹਿੰਦੇ ਰਾਜਪਾਲ ਬਾਜਰੀ ਫੇਰਦਾ ਤੇ ਨਾਲ ਮੁੰਡਾ ਸੰਧੂਆਂ ਦਾ ਵਿੱਕੀ ਫੇਰਦਾ, ਬੜੇ ਟੌਪ ਨੇ ਡਿਫੈਂਸਰਾਂ ਦੇ ਵਿੱਚ ਨਾਮ ਬੋਲਦਾ ਮੁੰਡੇ ਦਾ, ਤੇ ਜਿਹੜਾ ਨਿੱਟ ਦੇ ਖੇਡਦਾ ਖਿਡਾਰੀ ਹੈ ਇਹ ਕਹਿੰਦੇ ਆ ਮੁੰਡਾ ਵੱਡੇ ਵੱਡੇ ਕਹਿੰਦੇ ਮੇਲਿਆਂ ਦਾ ਪ੍ਰੈਸੀਡੈਂਟ ਦਾ ਮਾਨ ਹਾਸਲ ਕਰੀ ਬੈਠਾ ਹੈ ਤੇ ਨਾਲ ਮੈਂ ਤੱਕਦਾ ਵੀ ਹੈ। ਇਧਰਲੇ ਪਾਸੇ ਟੀਮ ਕਹਿੰਦੇ ਚੱਕ ਕਲਾ ਵੀ ਆ ਗਈਆਂ, ਸੈਂਟਰ ਚ ਕਾਲਾ ਖੇਡਦਾ ਹੈ ਮੁੰਡਾ, ਕਹਿੰਦੇ ਬਾਣੀਆਂ ਦਾ ਬੜੀ ਡਿਮਾਂਡ ਹੁੰਦੀ ਕਾਲੇ ਦੀ ਵੀ, ਉਧਰ ਮੁੰਡਿਆਂ ਵਾਲੇ ਅੰਕਲ ਜੀ ਵੀ ਆਏ ਹੋਏ ਉੱਚੇ ਤੌਰ ਤੇ, ਬਹੁਤ ਮੈਂ ਵੱਡਾ ਧੰਨਵਾਦ ਕਰਾਂਗਾ ਸਾਡੇ ਮਨੀਸ਼ ਸ਼ਰਮਾ ਜੀ, ਮੁੰਡਿਆਂ ਵਾਲੇ ਅੰਕਲ ਜੀ ਵੀ ਉੱਚੇ ਤੌਰ ਤੇ ਪਹੁੰਚ ਗਏ ਹੈ। ਮੇਰੇ ਖੰਜਰਵਾਲ ਦੀ ਟੀਮ ਕਿੱਥੇ ਹੈ ਜੀ? ਹੈਲੋ ਵੀਰੇ, ਖੰਜਰਵਾਲ ਦੀ ਟੀਮ ਕਿੱਥੇ ਜੀ? ਖੰਜਰਵਾਲ ਖੰਜਰਵਾਲ ਦੀ ਟੀਮ ਦੇ ਖਿਡਾਰੀ ਵੀਰੇ ਮੈਚ ਖੇਡਣ ਲਈ ਆ ਗਏ ਵੀਰੇ, ਇੱਕ ਨੰਬਰ ਗਰਾਊਂਡ ਵਿਹਲਾ ਹੋ ਗਿਆ ਆਪਣੇ ਕੋਲ, ਪੱਟੀਆਂ ਦੀ ਟੀਮ ਜਿਹੜੀ ਖੜੀ ਹੈ ਉੱਥੇ ਮੈਚ ਬਹੁਤ ਤਕੜਾ ਲੱਗਣਾ ਖੰਜਰਵਾਲ ਤੇ ਪੱਟੀਆਂ ਦੀ ਟੀਮ ਖੜੀ ਹੈ ਵੀਰੇ, ਜਲਦੀ ਦੇ ਨਾਲ ਖੰਜਰਵਾਲ ਦੀ ਟੀਮ ਦੇ ਖਿਡਾਰੀ ਆ ਜਾਣ, ਔਰ ਇੱਧਰ ਮੁੰਡਿਆਂ ਨੇ ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ ਉੱਚੇ ਤੌਰ ਤੇ ਪਹੁੰਚ ਗਿਆ ਹੈ, ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਵੀਰੇ। ਖੰਜਰਵਾਲ ਦੀ ਟੀਮ ਦੇ ਖਿਡਾਰੀ ਕਿਉਂ ਨਹੀਂ ਆ ਰਹੇ ਜੀ? ਲੈ ਵੀ ਕਰੀਏ ਸ਼ੁਰੂ ਮੈਚ ਇਧਰਲੇ ਪਾਸੇ ਵੀ ਬਾਈ, ਖੰਜਰਵਾਲ ਦੀ ਟੀਮ ਪਹੁੰਚ ਜਾਵੇ, ਪਰ ਲੋਕਾਂ ਦਾ ਕਹਿੰਦੇ ਧਿਆਨ ਹੁਣ ਦੋ ਨੰਬਰ ਗਰਾਊਂਡ ਦੇ ਵਿੱਚ ਆ ਵੀ ਆ ਮੈਚ ਦੇ ਵਿੱਚੋਂ ਕੌਣ ਜਿੱਤੂਗਾ ਤੇ ਕੌਣ ਸਿੱਖੂਗਾ। ਲੈ ਵੀ ਖੰਜਰਵਾਲੀਆ, ਔਰ ਤੈਨੂੰ ਵੀ ਦੁਨੀਆ ਪਿਆਰ ਬੜਾ ਕਰਦੀ ਹੈ, ਅੱਜ ਪਤਾ ਲੱਗ ਜਾਣਾ ਵੀ ਕੌਣ ਕਿੰਨੇ ਕੁ ਪਾਣੀ ਦੇ ਵਿੱਚ ਹੈ। ਦੂਜੇ ਪਾਸੇ ਪਣਹਾਲੀ ਵਾਲਾ ਕਹਿੰਦੇ ਧਰਤੀ ਭਰਾ ਮੈਚ ਵੱਡਾ ਚੱਕਾ ਵਾਲਾ ਜੂਟਾ, ਔਰ ਦੁਨੀਆ ਉਸਤਾਦ ਕਹਿੰਦੀ ਹੈ ਕਮਾਲ ਦਾ ਨੰਬਰ ਮੁੰਡੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ, ਵੀ ਭਰਿਆ ਜੇ ਹੋਵੇ ਜੀਜਾ ਤੇ ਜ਼ਿੰਦਗੀ ਦਾ ਮੇਲਾ ਹੁੰਦਾ, ਤੇ ਪੁੱਛਦਾ ਨੀ ਕੋਈ ਉੱਥੇ ਜੇਰੀ ਪੱਲੇ ਢੇਲਾ ਹੁੰਦਾ ਤੇ ਬਹਿ ਕੇ ਪੈਰਾਂ ਵਿੱਚ ਸਿੱਖੇ ਅਸਲੀ ਉਹ ਚੇਲਾ ਹੁੰਦਾ, ਤੇ ਸੁਰ ਦੇ ਵਿੱਚ ਵੱਜੇ ਸਦਾ ਜੋ ਉਸ ਨੂੰ ਸਾਜ ਕਹਿੰਦੇ, ਔਰ ਜੀ ਤੋਂ ਗੁਣ ਲਈਏ ਕਾਕਾ ਉਹਨੂੰ ਉਸਤਾਦ ਕਹਿੰਦੇ। ਅੱਜ ਕਹਿੰਦੇ ਉਸਤਾਦਾਂ ਵਰਗੇ ਖਿਡਾਰੀ ਪੁੱਜੇ ਹੋਏ ਆ। ਲੈ ਵੀ ਅਜੇ ਇੱਕ ਵਾਰੀ ਨੰਬਰ ਦੱਸੀ ਪੁੱਛ ਗਏ ਕਿੰਨੇ ਕਿੰਨੇ ਹੋ ਗਏ ਆ, ਆ ਮੈਚ ਨੇ ਤੇ ਸਾਰੇ ਦੁੱਖ ਜਿਹੜੇ ਹੈਲੋ ਔਰ ਵਾਕਿਆ ਦੁੱਖ ਜਿਹੜੇ ਤੋੜ ਦੇਣੇ ਆ ਮੈਚ ਦੇ ਸਾਰੇ ਦੇ, ਕਿਉਂਕਿ ਫਾਈਨਲ ਮੈਚ ਵਰਗਾ ਮੈਚ ਆ ਲੋਕੋ, ਔਰ ਗੱਲਾਂ ਲੱਗਣਗੀਆਂ ਟਿਕਾਣੇ। ਲੈ ਵੀ ਯਾਰਾ ਦਸ ਨੰਬਰ ਖਾਲਸਾ ਕਿੰਨੇ ਕਿੰਨੇ ਢਿੱਲੋ ਦੇ ਲਾਈ ਵਾਲੇ ਪਾਸੇ, ਦੋ ਨੰਬਰ ਗਰਾਊਂਡ ਦੇ ਆਪਾਂ ਪੁਆਇੰਟ ਦੱਸੀਏ ਸਰਦਾਰਾ, ਦਸ ਨੰਬਰ ਕਿੰਨੇ ਕਿੰਨੇ ਆ ਆਪਾਂ ਦੱਸੀਏ ਚਾਰ ਦੇ ਚਫੇਰੇ ਬੈਠੀ ਰੱਬ ਰੂਪੀ ਸਿੰਘ ਗੰਡੂਆਂ ਦੀ ਟੀਮ ਦਾ ਕੋਈ ਵੀ ਇੱਕ ਖਿਡਾਰੀ ਆ ਕੇ ਮੈਚ ਕਰਾਓ ਜੀ, ਇੱਕ ਨੰਬਰ ਗਰਾਊਂਡ ਬਾਈ ਟੋਨੀ ਗੰਡੂਆਂ ਜੀ, ਆਪਾਂ ਸਾਥ ਦਈਏ ਮੇਰਾ ਵੀਰ ਬਣ ਕੇ, ਮੇਲਾ ਟਾਈਮ ਦੇ ਨਾਲ ਨੇਪਰੇ ਕਰ ਲਈਏ ਮੇਰਾ ਵੀਰ ਬਣ ਕੇ, ਗੰਡੂਆਂ ਦੀ ਟੀਮ ਦਾ ਕੋਈ ਵੀ ਇੱਕ ਖਿਡਾਰੀ ਸੋਨੂੰ ਆ ਜਾ ਭੱਜ ਕੇ ਮੇਰੇ ਸੋਹਣੇ ਭਰਾ, ਗਰਾਊਂਡ ਨੰਬਰ ਇੱਕ ਦਾ ਮੈਚ ਆਪਾਂ ਚਾਲੂ ਕਰ ਦਈਏ। ਉਧਰ ਕਹਿੰਦੇ ਦੁਨੀਆ ਤੱਕਦੀ ਹੈ, ਦੋ ਨੰਬਰ ਗਰਾਊਂਡ ਤੇ ਨਜ਼ਾਰਾ ਵੱਖਰਾ ਹੈ, ਔਰ ਕਹਿੰਦੇ ਭਣਹਾਰੀ ਵਾਲਾ ਕੰਪਿਊਟਰ ਅਗਲੀ ਸਰਵਿਸ ਕਰਨ ਦੇ ਲਈ ਖੇਡ ਦੇ ਮੈਦਾਨ ਵਿੱਚ ਤਿਆਰ ਬਰ ਤਿਆਰ ਹੈ, ਵੀ ਗੱਡਿਆ ਹੈ ਨਿੱਟ ਤੇ ਪਈਆਂ ਨੇ ਦੋ ਬੰਦੀਆਂ, ਔਰ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ
ਦੋਨੇ ਚੰਗੀਆਂ ਮਾਰ ਮਾਰ ਸ਼ਾਟਾਂ ਭੈੜੇ ਕੱਢਣਗੇ ਅੱਗ ਬਈ ਹੈ ਕੌਣ ਕਿੰਨੇ ਪਾਣੀ ਵਿੱਚ ਆਓ ਹੈਲੋ ਵੀ ਕੌਣ ਕਿੰਨੇ ਪਾਣੀ ਵਿੱਚ ਅੱਜ ਤਤਾ ਜਾਣੇ ਲੱਗ ਪਈ ਹੈ ਮੈਚ ਬੜਾ ਚੋਟੀ ਦਾ ਲੈ ਵੀ ਸੋਧੀ ਚੱਕਾ ਵਾਲੇ ਨੇ ਤੇਰੇ ਤੇ ਬਾਲ ਲਾਈ ਹੈ ਦਾਣੀਆਂ ਦਾ ਖੇਡਦਾ ਸੈਂਟਰ ਦੇ ਵਿੱਚ ਵੀ ਕਰਦੀ ਖਰਾਬ ਗਰਮੀ ਦੇ ਸੀਨੇ ਦੀ ਤੇ ਸੂਈ ਵਾਂਗੂ ਚੁੜੇ ਪਿੱਤ ਭਾਗੋ ਮਹੀਨੇ ਦੀ ਹੈ ਬਾਗੋ ਬਾਗ ਤੀਵੀ ਸੂਟਾਂ ਦੀ ਦੁਕਾਨ ਤੇ ਹੈਲੋ ਲੈ ਲਈ ਸਾਊਂਡ ਵਾਲੇ ਵੀਰ ਥੋੜਾ ਜਿਹਾ ਖਿਆਲ ਕਰੀ ਸਾਊਂਡ ਵਾਲੇ ਪਾਸੇ ਜਦੋਂ ਥੋੜੀ ਜਿਹੀ ਤਾਰ ਜੀ ਵੱਜਦੀ ਤੇ ਉਧਰੋਂ ਲੀਡ ਟੁੱਟ ਜਾਂਦੀ ਹੈ ਲੈ ਵੀ ਸੋਹਣਾ ਵੀਰ ਬਣ ਕੇ ਥੋੜਾ ਜਿਹਾ ਜ਼ਰੂਰ ਸੈਟਿੰਗ ਕਰੀ ਵੀਰ ਸਾਡਾ ਸਾਊਂਡ ਵਾਲਾ ਵੀਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਪਰ ਉਧਰਲੇ ਪਾਸੇ ਗੁਰੂ ਸਰ ਯੋਧਾ ਵਾਲਾ ਸੋਢੀ ਕਮਾਲ ਕਰਿਆ ਟੀਮ ਆਪਣੀ ਦੇ ਲਈ ਔਰ ਵੇਹਦਿਆਂ ਵੇਹਦਿਆਂ ਨੰਬਰ ਤੇ ਨੰਬਰ ਕਈ ਜੁੜ ਗਿਆ ਉਧਰ ਬਹੁਤ ਵੱਡਾ ਧੰਨਵਾਦ ਹੈ ਭਰਾ ਨੇ ਸਾਡੇ ਕਰਮ ਹੋਣੇ ਕਰਮ ਧਾਲੀਵਾਲ ਬੜੇ ਵੱਡੇ ਤੇ ਭਰਾਵਾਂ ਦੇ ਕਿਤੇ ਵੱਡੇ ਕੈਪਰ ਲਈ ਹੈ ਹੈਲੋ ਖੰਜਰਵਾਲ ਦੇ ਭੱਟੀਆਂ ਦੀ ਟੀਮ ਦਾ ਤੇ ਖੜਕਾ ਦੜਕਾ ਇਧਰਲੇ ਪਾਸੇ ਵੀ ਪੂਰਾ ਹੋਊਗਾ ਹੈਲੋ ਲੈ ਵੀ 7-1 ਤਿੰਨ ਤੇ 7 ਤਿੰਨ ਇਧਰਲੇ ਪਾਸੇ ਆ ਚੱਕ ਕਲਾਂ ਦੀ ਟੀਮ ਦੇ ਲੈ ਲਈ ਦਿਲਸ਼ਾਦ ਵੀਰ ਕਰੀ ਨੋਟ ਤਿੰਨ ਇੱਧਰ ਆ ਤੇ 7 ਪਰਲੇ ਪਾਸੇ ਆ ਗੱਡੀ ਦੀ ਲਹਿਰ ਵਾਲੇ ਪਾਸੇ ਹੈ ਆਓ ਖੇਡ ਦੇ ਮੈਦਾਨ ਦੇ ਵਿੱਚ ਚੱਕਾਂ ਦਾ ਕੋਸ਼ਿਸ਼ ਕਰਦਾ ਮਾਰੀ ਜਾਂਦਾ ਕੱਲੀ ਕੱਲੀ ਲੋਕੇਸ਼ਨ ਚੈੱਕ ਭੱਟੀਆਂ ਮੈਚ ਬਹੁਤ ਟੌਪ ਦਾ ਲੱਗਣਾ ਵੀਰੇ ਹੈਲੋ ਚੱਕਾ ਲੱਗਿਆ ਤੇ ਜੋਤਾ ਸੈਂਟਰ ਦੇ ਵਿੱਚ ਆ ਗਿਆ ਦੁਨੀਆ ਸਟਾਰ ਦਾ ਦੇ ਤੌਰ ਤੇ ਜਾਣਦੀ ਹੈ ਔਰ ਮੈਚ ਸਿਰੇ ਦਾ ਹੈ 3 ਪੁਆਇੰਟ ਇੱਧਰ ਹੈ ਤੇ 7 ਨੰਬਰ ਆ ਜਿਹੜੇ ਪਨਿਹਾਰੀ ਦੀ ਟੀਮ ਦੇ ਇਸ ਤੋਂ ਬਾਅਦ ਮੈਚ ਖੇਡਣ ਲਈ ਬੀ ਟੀਮ ਫਰੋਸ਼ਾ ਬੀ ਦੇ ਗੁਰੀ ਕਾਲੀਏ ਵਾਲਾ ਇਹ ਮੈਚ ਖੇਡਣ ਲਈ ਮੁੰਡੇ ਗਰਾਊਂਡ ਨੰਬਰ 2 ਚ ਆ ਜਾਣਗੇ ਉਹ ਬੱਲੇ ਹੈਲੋ ਲੈ ਵੀ ਖੰਜਰ ਵਾਲੀ ਕਾਲੇ ਦਾ ਸੁਖਮਨ ਢਿੱਲੋਂ ਵੀਰੇ 2 ਲਾਈਵ ਵੀ ਨੇ ਇੱਕ ਢਿੱਲੋਂ ਵਾਲਾ ਤੇ ਕਪੜੇ ਵਾਲਾ ਵੀਰੇ 2 ਲਾਈਵ ਵੀ ਨੇ ਵੀਰੇ ਕਾਲਾ ਕਈ ਦਿਲ ਮਿੱਟ ਕੇ ਲੈ ਗਿਆ ਤੇ ਮੇਲੇ ਦੀ ਹੈਲੋ ਲੈ ਵੀ 2 ਨੰਬਰ ਗਰਾਊਂਡ ਦੇ ਵਿੱਚ ਇੱਧਰ ਇੱਕ ਤੇ ਰੈਫਰੀ ਆ ਗਿਆ ਕੋਈ ਫਿਰ ਇੱਕ ਨਹੀਂ ਬਹੁਤ ਬਹੁਤ ਸ਼ੁਕਰੀਆ ਜੀ ਸੰਦੀਪ ਜੀ ਕਰਾ ਦਿਓ ਮੈਚ ਮੇਰਾ ਵੀਰ ਔਰ ਇਧਰਲੇ ਪਾਸੇ ਮੈਚ ਬੜਾ ਟੌਪ ਦਾ ਖੇਡਿਆ ਜਾ ਰਿਹਾ ਪਨਿਹਾਰੀ ਵਾਲਾ ਰਾਜਪਾਲ ਹੈ ਬਾਬਾ ਬਾਲੀਵਾਲ ਸ਼ੂਟਿੰਗ ਔਨ ਫਾਇਰ ਤੇ ਆ ਜੈ ਗੁਰੂ ਵੀਰੇ ਬਾਲੀਵਾਲ ਸ਼ੂਟਿੰਗ ਔਨ ਫਾਇਰ ਤੇ ਦੇ ਨਾਲ ਬਾਂਸਰ ਬਣ ਕੀਤਾ ਪਨਿਹਾਰੀ ਦਾ ਮੈਚ ਚੱਲ ਰਿਹਾ ਵਾ ਬੜਾ ਕਹਿੰਦੇ ਫੇਰਿਆ ਫਿਰਦਾ ਔਰ ਨੰਬਰ ਮੁੰਡੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਅਗਲੀ ਸਰਬਤ ਦੀ ਫੇਰ ਮੇਰੇ ਮਿੱਤਰੋ ਬਾਲੀਵਾਲ ਸ਼ੂਟਿੰਗ ਔਨ ਫਾਇਰ ਤੇ ਵੀਰੇ ਚੱਲ ਰਿਹਾ ਵਾ ਪਨਿਹਾਰੀ ਦਾ ਮੈਚ
ਖੰਜਰਾਲ ਤੇ ਪੱਟੀਆਂ ਦਾ ਮੈਚ ਆ ਵੀਰੇ, ਖੰਜਰਾਲ ਤੇ ਪੱਟੀਆਂ ਦਾ। ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਫੇਰ ਤੋਂ ਕੁੱਟ ਕਟਾਪਾ ਜਿਹੜਾ ਜਾਰੀ ਆ। ਇੱਧਰ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਕਦੇ ਆਪਣੀ ਟੀਮ ਦੇ ਲਈ ਵੱਡੇ ਅੰਕ ਦਾ ਵਾਧਾ ਕਰ ਗਿਆ ਹੈ। ਔਰ ਕੈਲਪੁਰੀ ਆ ਨਾਮਾ ਵੀ ਹੈ, ਢਿੱਲੋਂ ਨਾਲ ਯਾਰੀ ਪਾਈ ਫਿਰਦਾ ਅੱਜ ਕੱਲ੍ਹ ਤੇ ਗੱਲਾਂ ਬਾਤਾਂ ਟਿਕਾਣੇ ਆ। ਢਿੱਲੋਂ ਸਾਹਿਬ ਵਾਲੀਵਾਲ ਸ਼ੂਟਿੰਗ ਔਨ ਫਾਇਰ ਪੇਜ ਦੇ ਜ਼ਰੀਏ ਕੈਮਰੇ ਜਿਹੜੇ ਫੋਕਸ ਆ, ਔਰ ਗੱਲਾਂ ਬਾਤਾਂ ਜਿਹੜੀਆਂ ਸਮੇਂ ਸਮੇਂ ਦੇ ਨਾਲ ਇਹਨਾਂ ਖੇਡ ਗਰਾਊਂਡਾਂ ਦੇ ਔਰ ਨੇੜੇ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ। ਹੋਰ ਉੱਧਰ ਵੱਡੇ ਵੱਡੇ ਕੱਪ ਕਹਿੰਦੇ ਭੱਜੇ ਤੁਰ ਆਉਂਦੇ ਆ। 3 ਫਰਵਰੀ ਆ ਜਿਹੜੀ 5 ਗ੍ਰਾਈਂ ਦੇ ਵੱਡੇ ਕੱਪ ਦੀ ਆ, ਤੇ 4 ਨੂੰ ਕਹਿੰਦੇ ਤਲਵੰਡੀ ਮੱਝੀ ਵਿੱਚ ਪੜਾਕੇ ਪੈਣਗੇ। 6 ਤਰੀਕ ਆ ਮੌਜੀਆਂ ਦੇ ਵੱਡੇ ਕੱਪ ਦੀ ਆ, ਔਰ ਕਹਿੰਦੇ ਜਸਵਿੰਦਰ ਢਿੱਲੋਂ ਆਇਆ ਹੋਇਆ ਮੇਰੇ ਮਿੱਤਰੋ। ਸਿਰੇ ਦਾ ਮੈਚ ਆ, ਨੰਬਰ 1 ਹੋਰ ਜੁੜ ਗਿਆ। ਅਭੀ ਦੱਸੋ ਹੁਣ ਕਿੰਨੇ ਕਿੰਨੇ ਹੋ ਗਏ ਪੁਆਇੰਟ। ਅਗਲਾ ਮੈਚ ਫਿਰੋਜ਼ਸ਼ਾਹ ਬੀ ਤੇ ਗੁਰੀ ਕਾਲੀਆ ਦੀ ਟੀਮ ਦਾ 2 ਨੰਬਰ ਗਰਾਊਂਡ ਤੇ ਹੋਣਾ ਹੈ, ਔਰ 1 ਨੰਬਰ ਗਰਾਊਂਡ ਤੇ ਅਗਲਾ ਮੈਚ ਖੇਡਣ ਦੇ ਲਈ ਮੁੰਡੇ ਰੈਡੀ ਹੋ ਜਾਂਦੇ ਨੇ। ਬਾਅਦ ਮੈਚ ਖੇਡਣ ਦੇ ਲਈ ਲੋਕਾਂ ਦੇ ਟਾਪ ਦੀਆਂ ਟੀਮਾਂ ਨਿਡਲ ਬੀਬੀ ਸਾਹਿਬ 1 ਨੰਬਰ ਗਰਾਊਂਡ ਤੇ ਹਵਾ ਕੱਢਣ ਵਾਲੀ ਨਿਡਲ ਭੇਜੇ ਨੇ। ਬੇਨਤੀ ਹੈ ਮੇਰੀ, 1 ਨੰਬਰ ਗਰਾਊਂਡ ਦੇ ਵਿੱਚ ਵੀ ਮੈਚ ਆਪਾਂ ਚਾਲੂ ਕਰਾਂਗੇ। ਹਵਾ ਕੱਢਣ ਵਾਲੀ ਨਿਡਲ ਜ਼ਰੂਰ ਡੀਪੀ ਸਾਹਿਬ, ਬਹੁਤ ਵੱਡਾ ਧੰਨਵਾਦ ਹੈ। ਭਨੇਰ ਸਪੋਰਟਸ ਐਂਡ ਲਾਈਟ ਸਰਵਿਸ ਬੜਾ ਕਹਿੰਦੇ ਵੱਡਾ ਨਾਮ ਹੈ। ਲਓ ਸਾਹਮਣੇ ਫੇਂਦਿਆਂ ਫੇਂਦਿਆਂ ਸਾਈਡਾਂ ਜਿਹੜੀਆਂ ਚੇਂਜ ਹੋ ਗਈਆਂ ਨੇ, ਪਰ ਚੱਕਾ ਵਾਲਿਆ ਲੋਕਾਂ ਨੂੰ ਵਾਲੇ ਪਤਾ ਨਹੀਂ ਲੱਗਿਆ ਵੀ ਚੱਕਾ ਵਾਲਾ ਜੂ ਹੋਇਆ ਹੈ। ਔਰ ਨੰਬਰ ਹੁਣ ਜੋੜਨੇ ਪੈਣਗੇ, ਤਿਆਰੀ ਫੜਨੀ, ਲੋਕੀ ਪਿਆਰ ਕਰਦੇ ਤੇ ਫਿਰ ਇਹਨਾਂ ਨੂੰ ਪਿਆਰ ਦਾ ਹੁਣ ਸਬੂਤ ਦੇਣਾ ਪੈਣਾ ਸੋਹਣਾ ਵੀਰਾ, ਵੀ ਯਾਰੀ ਵਿੱਚ ਨਫੇ ਨੂੰ ਨੁਕਸਾਨ ਨਹੀਂ ਹੋ ਸਕਦਾ। ਖੰਜਰਾਲ ਦੀ ਦੂਜੀ ਸਾਈਡ ਹੈਗੇ ਮੁੰਡੇ ਪੱਟੀਆਂ ਵਾਲੇ, ਅਜੇ ਕਿੰਨੇ ਹੋ ਗਏ 12 ਤੇ 5 ਵਾਲੀ 12 ਨੰਬਰ ਆ ਭਰਿਹਾਰੀ ਦੀ ਟੀਮ ਦੇ ਆ, ਤੇ 5 ਨੰਬਰ ਉਧਰਲੇ ਪਾਸੇ ਚੱਕਾ ਵਾਲੇ ਦੇ ਆ। ਆਓ ਖੇਡ ਦੇ ਮੈਦਾਨ ਦੇ ਵਿੱਚ ਗੱਲਾਂ ਬਾਤਾਂ ਦੇ ਟਿਕਾਣੇ ਲਾਉਣੀਆਂ ਪੈਣੀਆਂ। ਖੰਜਰ ਵਾਲੀ ਆ ਕਾਲਿਆ ਕਹਿ ਇੱਕ ਅੱਧੇ ਜਿਹੜੀ ਸਾਂਝੀ ਕਰਨੀ ਵਿੱਚ ਮੁੰਡਾ ਆਪਣੀ ਟੀਮ ਦੇ ਲਈ ਸਰਵਿਸ ਕਰ ਗਿਆ। ਦੇ ਰਿਹਾ ਲੈ ਲਈ ਚੱਕਾ ਰਿਹਾ ਨੰਬਰ 12 ਜੁੜ ਗਿਆ। ਭਲਿਆਰੀ ਵਾਲਾ ਰਾਜਪਾਲ ਕੋਸ਼ਿਸ਼ ਕਰਦਾ, ਪਰ ਇਧਰਲੇ ਪਾਸੇ ਫੈਜ਼ ਗੜੀਆ ਮੁੰਡਾ ਕਹਿੰਦੇ ਬੁਰੀ ਫੈਸਲੇ ਵੱਡੇ ਕਰ ਗਿਆ। ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਲੈ ਵੀ ਨੰਬਰ ਦਾ ਇੱਕ ਹੋਰ ਜਿਹੜਾ ਵਾਧਾ ਹੋ ਚੁੱਕਿਆ ਹੈ। ਔਰ ਉੱਧਰ ਨੱਥੇ ਵਾਲੀ ਆ ਤਰਸੇਮ ਪ੍ਰਧਾਨ, ਸਾਡੀ ਜ਼ਿੰਦਗੀ ਦਾ ਮਾਣ ਹੈ ਭਰਾ, ਸਾਡਾ ਜਲ ਪਾਣੀ ਤੁਰ ਫਿਰ ਕੇ ਸੇਵਾ ਕਰ ਰਿਹਾ ਹੈ। ਬਾਗੇ ਪੁਰਾਣੇ ਦਾ ਏਰੀਆ ਪੈਂਦਾ ਹੈ, ਮੁੱਢ ਦੀ ਤਲਵੰਡੀ ਭਾਈ ਦੇ ਇਲਾਕੇ ਕਰਕੇ ਉਹ ਭਰਾ ਸਾਡਾ ਬੜੀ ਲੰਬੀ ਦੂਰੀ ਤੈਅ ਕਰਕੇ ਮੋਟਰਸਾਈਕਲ ਤੇ ਆਇਆ ਹੋਇਆ ਜਲ ਪਾਣੀ ਦੀ ਸੇਵਾ ਕਰਨ ਦੇ ਲਈ।
ਔਰ ਮੈਂ ਬੇਨਤੀ ਕਰਾਂਗਾ ਵੀਰੇ, 10-20-50 ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ, ਇਹ ਭਰਾ ਇੱਕ ਆਸ ਤੱਕ ਕੇ ਆਪਣੇ ਕੋਲ ਆਇਆ ਮੇਰਾ ਵੀਰ, ਜ਼ਰੂਰ ਮਾਣ ਸਨਮਾਨ ਕਰਦੇ ਵੀਰ ਦਾ ਵੀ, ਬਹੁਤ ਬਹੁਤ ਧੰਨਵਾਦ ਹੋਵੇਗਾ ਸਾਰੀ ਸੰਗਤ ਦਾ, ਔਰ ਬਹੁਤ ਵੱਡਾ ਧੰਨਵਾਦ ਸਾਡੇ ਨੱਥੂ ਵਾਲੀ ਤਰਸੇਮ ਪ੍ਰਧਾਨ ਦਾ। ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਸਮੇਂ ਸਮੇਂ ਦੇ ਨਾਲ ਟਿਕਾਣੇ ਲੱਗ ਰਹੀਆਂ, ਔਰ ਭੰਡਿਆਰੀ ਵਾਲਾ ਰਾਜਪਾਲ ਵੀ ਕਦੇ ਕਮਾਲ ਕਰ ਗਿਆ, ਇੱਕ ਨੰਬਰ ਹੋਰ ਆਪਣੀ ਟੀਮ ਲਈ ਜੋੜ ਗਿਆ। ਲੈ ਵੀ ਯਾਰਾ 10 ਨੰਬਰ 14 ਹੋ ਗਏ ਇੱਧਰ ਕੇ, 13 ਤੇ 6 13 ਨੰਬਰ ਆ ਭੰਡਿਆਰੀ ਦੀ ਟੀਮ ਦੇ, ਜਿਹੜਾ ਢਿੱਲੋਂ ਵੀ ਲਾਈਵ ਦੇ ਸਾਹਮਣੇ ਬਿਲਕੁਲ ਟੀਮ ਖੇਡ ਰਹੀ ਆ, ਇਹ ਟੀਮ ਕਦੇ ਭੰਡਿਆਰੀ ਦੀ ਆ, ਹਰਿਆਣੇ ਵਾਲੇ ਮੁੰਡੇ ਨੇ, ਤੇ ਪਰਲੇ ਪਾਸੇ ਇਹਨਾਂ ਪੰਜਾਬ ਦੇ ਵੱਡੇ ਖੇਡ ਮੇਲਿਆਂ ਦੇ ਜੇਤੂ ਖਿਡਾਰੀ ਚੱਕਾਂ ਵਾਲੇ ਨੂੰ ਕੌਣ ਨੀ ਜਾਣਦਾ, ਪਰ ਭੰਡਿਆਰੀ ਵਾਲੇ ਦਾ ਉਹ ਬੱਚਾ ਬੱਚਾ ਫੈਨ ਆ ਲੋਕੇ, ਉਹ ਖੇਡ ਦੇ ਮੈਦਾਨਾਂ ਚ ਗੁਰੂ ਸਰ ਯੋਧਾ ਵਾਲਾ ਵੀ ਕਮਾਲ ਕਰੀ ਤੁਰਿਆ ਹੋਗਾ, ਮਿੰਟੂ ਦੇ ਪਿੰਡਾਂ ਚੋਂ ਚੱਲ ਕੇ ਆਇਆ, ਜਿਹੜੇ ਪਿੰਡ ਦੇ ਮਿੰਟੂ ਦੇ ਡਾਕੂ ਵਾਲਾ ਮੁੰਡਾ ਲਿਖੀ ਆ ਫਿਲਮ ਆਪਣੇ ਘਰ ਦੀ ਕਹਾਣੀ ਛਾਪੀ ਆ, ਉਹ ਪਿੰਡ ਦੇ ਕਦੇ ਉਹ ਖੇਡ ਦੇ ਮੈਦਾਨਾਂ ਚ ਰੁਸਤਮ ਯੋਧਿਆਂ ਦੀ ਗੱਲਬਾਤ ਹੁੰਦੀ ਆ, ਉਹ ਖੇਡ ਦੇ ਗਰਾਊਂਡਾਂ ਦੇ ਵਿੱਚ ਮੈਚ ਬੜਾ ਟੈਪ ਦਾ ਦੋਵਾਂ ਟੀਮਾਂ ਦਾ, ਔਰ ਇਧਰਲੇ ਪਾਸੇ ਵਾਲੀਬਾਲ ਸ਼ੂਟਿੰਗ ਔਨ ਫਾਇਰ ਪੇ ਦੇ ਜਰੀਏ ਜਿਹੜੇ ਕੈਮਰੇ ਫੋਕਸ ਆ, ਢਿੱਲੋਂ ਸਾਹ ਬੈਠੇ ਆ ਅਮਰੇਲਾ ਲੈ ਕੇ ਇਹਨਾਂ ਖੇਡ ਦੇ ਗਰਾਊਂਡਾਂ ਦੇ ਬਿਲਕੁਲ ਨਜ਼ਦੀਕ, ਨਾਲ ਹੀ ਗਰਾਊਂਡ ਨੰਬਰ 1 ਤੇ ਵਾਲੀਬਾਲ ਸ਼ੂਟਿੰਗ ਐਂਡ ਗੱਲਬਾਤ ਪੇਜ ਕਦੇ ਬੜਾ ਪਿਆਰਾ ਪੇਜ ਤਿਆਰ ਕੀਤਾ ਵੀਰਾਂ ਨੇ, ਔਰ ਖੇਡ ਦੇ ਗਰਾਊਂਡਾਂ ਦੇ ਕੱਲੀ ਕੱਲੀ ਤਸਵੀਰ ਜਿਹੜਾ ਕੈਮਰੇ ਵੀ ਆ ਕੀਤਾ ਜਾ ਰਿਹਾ ਹੈ। ਮੈਂ ਵੀ ਨੰਬਰ 1 ਹੋਰ ਵੱਧ ਗਿਆ ਇਧਰਲੇ ਪਾਸੇ, ਮੈਚ ਸ਼ੁਰੂ ਹੋ ਗਿਆ ਵੀਰੇ, ਕੈਮਰੇ ਸਾਹਮਣੇ ਟੀਮ ਹੈਗੀ ਆ ਖੰਜਰਾਲ ਦੀ, ਤੇ ਦੂਜੇ ਸਾਈਡ ਹੈਗੀ ਆ ਟੀਮ ਪੱਟੀਆਂ ਦੀ, ਆ ਮਨੀ ਵਾਸੀ ਵਾਲਾ ਦਾ ਮੁਕਾਬਲਾ ਖੇਡਿਆ ਜਾ ਰਿਹਾ, ਬੜਾ ਬਾਲ ਆ ਮਨੀ ਬਾਈ, ਫੁੱਲ ਤਗੜਾ ਮੈਚ ਲੱਗਣਾ, ਫੁੱਲ ਫਾਈਟ ਮੈਚ ਆ ਵੀਰੇ, ਸ਼ੇਅਰ ਜ਼ਰੂਰ ਕਰ ਦਿਓ ਭਰਾ ਮੇਰੇ, ਇੱਕ ਇੱਕ ਸ਼ੇਅਰ ਜ਼ਰੂਰ ਕਰ ਦਿਓ, ਸਰਵਿਸ ਚੇਂਜ ਹੋ ਗਈ ਵੀਰੇ, ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਰਲੀਆ ਕਾਰਾ ਕਦੇ ਕੋਸ਼ਿਸ਼ ਕਰਦਾ ਚੱਕਾ ਫੇਰ ਕਦੇ ਸੈਂਟਰ ਚ ਆ ਗਿਆ, ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚ ਉਹ ਕਮਾਲਾ ਕਰਦੇ ਆ ਮੁੰਡੇ, ਖੇਡ ਦੇ ਮੈਦਾਨਾਂ ਦੇ ਵਿੱਚ ਕਮਾਲ ਕਰੀ ਤੁਰੇ ਆਉਂਦੇ ਖਿਡਾਰੀ, ਉਹ ਖੇਡ ਦੇ ਗਰਾਊਂਡਾਂ ਦੇ ਵਿੱਚ ਗਰਾਊਂਡ ਨੰਬਰ 1 ਤੇ ਵੀ ਪਟਾਕੇ ਪੂਰੇ, ਉਹ ਖੇਡ ਦੇ ਮੈਦਾਨਾਂ ਦੇ ਵਿੱਚ ਪੈ ਰਹੇ ਆ ਦੋਵਾਂ ਟੀਮਾਂ ਦਾ, ਉਧਰ ਵੀ ਵੱਡਾ ਬੋਲ ਗਾਲਾ, ਇੱਕ ਪਾਸੇ ਖੰਜਰਾਲ ਦੀ ਟੀਮ ਆ ਦਿਲਸ਼ਾਦ ਮੇਰੇ ਖਿਆਲ, ਤੇ ਦੂਜੇ ਪਾਸੇ ਇਹ ਦਾਸੀਆਂ ਬੇਟ ਵਾਲੇ ਮੁੰਡੇ ਕਦੇ ਧੰਨ ਧੰਨ ਕਰਾਈ ਤੁਰੇ ਆਏ ਆ, ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੀ ਕਦੇ ਬੜੀ ਪਿਆਰੀ ਟੀਮ ਤਿਆਰ ਕੀਤੀ ਆ, ਮੈਂ ਬੇਨਤੀ ਕਰਾਂਗਾ ਮੇਰੇ ਗੰਡੂਆਂ ਦੀ ਟੀਮ ਦਾ ਕੋਈ ਵੀ ਇੱਕ ਖਿਡਾਰੀ ਕੋਈ ਵੀ ਇੱਕ ਪਲੇਅਰ ਆ ਕੇ ਸਟੇਜ ਤੇ ਜ਼ਰੂਰ ਮਿਲ ਕੇ ਜਾਵੇ ਮੇਰੀ ਬੇਨਤੀ ਹੈ, ਇੱਧਰ ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ ਸਟੇਜ ਤੇ ਆਏ ਹੋਏ ਆ, ਕਿਰਪਾ ਕਰਕੇ ਉਹ ਮਿਲਣਾ ਚਾਹੁੰਦੇ ਆ ਜ਼ਰੂਰ ਆ ਕੇ ਮਿਲ ਲਓ ਜੀ, ਗੰਡੂਆਂ ਦੀ ਟੀਮ ਦਾ ਕੋਈ ਵੀ ਇੱਕ ਖਿਡਾਰੀ ਜ਼ਰੂਰ ਆ ਕੇ ਸਟੇਜ ਤੇ ਸੰਪਰਕ ਕਰ ਲਿਓ ਵੀ ਹੈ। ਲਓ ਚੱਕਾ ਵਾਲਾ ਕਹਿੰਦੇ ਜੂਪਾ ਖੇਡ ਦੇ ਮੈਦਾਨ ਦੇ ਵਿੱਚ ਕੋਸ਼ਿਸ਼ ਜਿਹੜੀ ਕਰ ਰਿਹਾ ਹੈ, ਨੰਬਰ ਮੁੰਡੇ ਨੇ ਜੋੜ ਦਿੱਤਾ, ਦੁਨੀਆ ਸਟਾਰਟ ਕਹਿੰਦੀ ਹੈ ਨਾਦੀ ਚੱਕਾ ਵਾਲਾ ਜੀ, ਆਹ ਪ੍ਰਾਪਤ ਹੋਇਆ ਮੈਚ ਜਿੱਤ ਗਿਆ, ਸ਼ੇਅਰ ਕਰ ਦਿਓ ਗੱਲਾਂ ਜਿਹੜੀਆਂ, ਮੈਚ ਬਹੁਤ ਸੋਹਣਾ ਲੱਗ ਰਿਹਾ ਆ, ਖੰਜਰਾਂ ਦੇ ਪੱਟੀਆਂ ਸ਼ਿਕਾਰ ਛੱਡ ਪਏ ਹਾਲੇ ਰਫਲਾ ਚੱਲ ਰਿਹਾ,
ਖਿਤਾਬ ਜੇ ਮਿਲਿਆ ਤੇ ਮਿਲਿਆ ਕਿਸ ਗੱਲ ਕਰਕੇ ਆ, ਉਹ ਨੰਬਰ ਬੋਰਡ ਤੇ ਪੈਣਗੇ ਤੇ ਜਾਂ ਫਿਰ ਕਹਿ ਖੰਜਰਾਂ ਦੀ ਕਾਲੂ ਨੂੰ ਵੀ ਅੱਜ ਤੇਰੇ ਤੇ ਮਾਣ ਕਰਕੇ ਤੈਨੂੰ ਸੱਦਿਆ, ਉਹ ਨੰਬਰ ਅੱਜ ਨਾ ਨਾ ਜੋੜੇ, ਅੱਜ ਨਾ ਨਾ ਬੱਲੇ ਬੱਲੇ ਕਰਵਾਈ ਤੇ ਫੇਰ ਪਿੰਦਰ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਖੰਜਰ ਵਾਲੀਆ ਪੁਆਇੰਟ ਦਾ ਵਾਧਾ ਕਰ ਗਿਆ, ਪਰ ਸਫਲਤਾ ਜਿਹੜੀ ਚੰਗ ਕਲਾ ਦੀ ਟੀਮ ਦੇ ਖਾਤੇ ਵਿੱਚ ਮੇਰੇ ਮਿੱਤਰੋ ਇੱਕ ਹੋਰ ਦਾ ਵਾਧਾ ਹੋ ਚੁੱਕਿਆ। ਇੱਧਰ ਵੀ ਮੈਚ ਤੋਰਦਾ ਖੰਜਰਵਾਲ ਪਿੰਡ ਦੀ, ਕਹਿੰਦੇ ਮੁੱਲਾਪੁਰ ਦੀ ਬੁੱਕਣ ਚ ਵਸਿਆ ਹੋਇਆ ਪਿੰਡ ਹੈ, ਜਿਹੜੀ ਟੀਮ ਆ ਗਈ ਇੱਧਰ ਸਟੇਜ ਵਾਲੇ ਪਾਸੇ ਔਰ ਦੂਜੇ ਪਾਸੇ ਕਹਿੰਦੇ ਚੱਲਦੇ ਟਾਈਮ ਦੇ ਵਿੱਚ ਵੱਡੀ ਮੰਗ ਹੈ। ਬਾਬਾ ਦੀਪ ਸਿੰਘ ਸਪੋਰਟਸ ਕਲੱਬ ਭੱਟੀਆਂ ਵਾਲੇ ਮੁੰਡੇ ਆਏ ਹੋਏ ਹੈ, ਵੱਡਾ ਮੈਚ ਹੈ, ਪਿੰਡ ਦੇ ਕਹਿੰਦੇ ਮਣੀ ਦਾ ਸਨਮਾਨ ਦੁੱਕ ਦੁੱਕ ਨਾਲ ਹੋਇਆ ਗਰਦਿਆਂ ਦੇ ਵੱਡੇ ਕੱਪ ਦੇ, ਪਰ ਅੱਜ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ। ਵੀ ਸੌਖੇ ਵੀ ਇਹ ਯਾਰ ਛੱਡਣੇ ਜਹਾਨ ਤੇ ਲਾਉਣੇ ਪੈਂਦੇ ਆ ਬਿਆਨੇ ਪੀਪਾ ਛਿੱਟਣੇ ਪੈਂਦੇ ਪਰਚੇ ਤੇ ਹੁੰਦੇ ਚਰਚੇ ਤੇ ਖੜਦੀ ਵੀ ਮੁੱਠ ਬਈ ਖੜਾਉਣੀ ਪੈਂਦੀ ਹੈ ਤੇ ਬੱਲੇ ਬੱਲੇ ਹੁੰਦੀ ਵੀ ਉਹ ਕਰਾਉਣੀ ਪੈਂਦੀ ਹੈ, ਮਨ ਦੀ ਵੀ ਰੋੜੀ ਹੈ ਬਣਾਉਣੀ ਪੈਂਦੀ ਹੈ, ਬੱਲੇ ਬੱਲੇ ਹੁੰਦੀ ਵੀ ਕਰਾਉਣੀ ਪੈਂਦੀ ਹੈ। ਬਣਿਹਾਰੀ ਵਾਲਾ ਕਹਿੰਦੇ ਅਮਨ ਨੰਬਰ ਦਾ ਹੈਲੋ ਬਾਲਾ ਮਨੀ ਹੈਲੋ ਬਾਲਾ ਹੋ ਗਏ ਉਹ ਬਾਲਾ ਪਿੰਦਰ ਬਾਈ ਖੰਜਰ ਵਾਲੇ ਫੁੱਲ ਅਟੈਕ ਮਾਰੀ ਜਾਂਦੇ ਆ ਵੀਰੇ, ਫੱਟ ਖੇਡੀ ਜਾਂਦੇ ਆ ਮੁੰਡੇ ਹੈਲੋ ਹੈਲੋ ਉਹ ਬਾਲ ਆਏ ਹੁਣ ਉਹ ਬਾਈ ਆ ਗਈ ਸੈੱਟ ਹੈ ਕਾ ਲੈ ਜੀ ਪੜਿਆਰੀ ਦੀ ਟੀਮ ਜੇਤੂ ਹੈ ਔਰ ਆਪਣੇ ਲਈ ਦੋਵੇਂ ਟੀਮਾਂ ਹੀ ਜੇਤੂ ਨੇ। ਲੈ ਵੀ ਇੱਕ ਤਾੜੀ ਮਾਰੋ ਯਾਰ ਦੋਵੇਂ ਟੀਮਾਂ ਦੇ ਲਈ ਜਿਹੜੇ ਜਿਹੜੇ ਵੀਰਾਂ ਨੇ ਮੈਚ ਦੇਖਿਆ ਔਰ ਦੂਜੇ ਇੱਕ ਨੰਬਰ ਗਰਾਊਂਡ ਤੇ ਉਹ ਮੁੰਡਾ ਕਹਿੰਦੇ ਬਾਜੇ ਕੇ ਵਾਲਾ ਕਮਾਲ ਕਰੀ ਆਉਂਦਾ, ਉਹ ਵੀ ਕਹਿੰਦੇ ਧੰਨ ਧੰਨ ਕਰਾਈ ਤੁਰੇ ਆਉਂਦੇ ਆ ਸਾਹਮਣੇ ਖੜੀ ਆ ਔਰ ਪਿੰਦਰ ਦਾ ਨਾਂ ਬਹੁਤ ਵੱਡਾ ਮੁੰਡੇ ਦੀ ਚੜ੍ਹਾਈ ਬੜੀ ਸੀ ਮੁੰਡਾ ਖਿਡਾਰੀਆਂ ਦੇ ਕਹਿੰਦੇ ਮਹਿੰਗੇ ਮੁੱਲ ਦੇ ਖਿਡਾਰੀਆਂ ਦੇ ਵੱਡੇ ਚਰਚੇ ਆ ਔਰ ਦੋਵਾਂ ਟੀਮਾਂ ਦਾ ਕਹਿੰਦੇ ਚੋਪੜਾ ਦਾ ਕਹਿੰਦੇ ਕਮਾਲ ਦਾ ਨੰਬਰ ਕਿਹੜੀ ਖਿਡਾਰੀ ਜੋੜਦਾ ਆਉਣੀ ਇੱਧਰ ਦੋਵੇਂ ਟੀਮਾਂ ਹੈਲੋ ਭੱਟੀ ਵਾਲੇ ਮੁੰਡੇ ਵੀ ਬਾਈ ਅੱਗ ਕੱਢੀ ਆਉਂਦੇ ਆ ਪੂਰੇ ਬਾਲਾ ਇਹ ਆ ਬਾਸੀਆਂ ਵੇਟ ਵਾਲਾ ਮਨੀ ਬਾਈ ਫੁੱਲ ਅਟੈਕ ਮਾਰੀ ਆਉਂਦੇ ਆ ਬਾਈ ਸ਼ੇਅਰ ਜ਼ਰੂਰ ਕਰ ਦਿਓ ਵੀਰੇ ਮੈਚ ਪੂਰਾ।
ਕਰਦਾ ਵੀਰੇ, ਸ਼ੇਅਰ ਜ਼ਰੂਰ ਕਰ ਦਿਓ। ਹੈਲੋ ਵੀਰੇ, ਵਾਲੀਬਾਲ ਐਂਡ ਗੱਲਬਾਤ ਐਂਡ ਅਲੱਗ ਪਾ ਦੀ, ਗੱਲਬਾਤ ਅਲੱਗ ਪਾ ਲਿਓ। ਹੈਲੋ ਪੱਟੀ ਵਾਲਾ ਟ੍ਰਾਈ ਯਾਰ। ਹੈਲੋ, ਪਟਿਆਰੀ ਦੀ ਟੀਮ ਦਾ ਇੱਕ ਪਲੇਅਰ ਆ ਕੇ ਮੈਚ ਕਰਾਉਣ ਵੀਰ ਜੀ ਬੇਨਤੀ ਹੈ ਜੀ, ਪਟਿਆਰੀ ਦੀ ਟੀਮ। ਹਾਂਜੀ ਹਾਂਜੀ, ਬਲਜੀਤ ਉੱਪਲ ਜੀ, ਸਵਾਗਤ ਆ ਵੀਰੇ, ਸਵਾਗਤ ਆ ਬਲਜੀਤ ਉੱਪਲ ਜੀ। ਹੈਲੋ, ਬਾਲ ਆਏ ਓਏ ਬਾਈ, ਕਿਆ ਬਾਲ ਮਾਰੀ ਹੈ ਯਾਰ। ਪੁਆਇੰਟ ਦੱਸ ਦਿਆਂ ਬਾਬਾ ਜੀ, ਕੀ ਤਿੰਨ ਪੰਜ ਬਾਲ ਆਏ, 3-5 ਸਕੋਰ ਆ ਵੀਰੇ, 3-5। ਹੈਲੋ, ਇਹਦੀ ਆਵਾਜ਼ ਕਰਦੇ ਥੋੜੀ ਜਿਹੀ ਮੇਰਾ ਵੀਰ, ਬਹੁਤ ਬਹੁਤ ਧੰਨਵਾਦ ਹੈ। ਲੈ ਵੀ ਕਰੀਏ ਮੈਚ ਦੀ ਸ਼ੁਰੂਆਤ ਆਪਾਂ ਗਰਾਊਂਡ ਨੰਬਰ 2 ਕਰੇ, ਇੱਕ ਪਾਸੇ ਫਿਰੋਜ਼ ਸ਼ਾਹ ਦੀ ਬੀ ਟੀਮ ਜਿਹੜੀ ਆ ਗਈ, ਰਿਕੁਐਸਟ ਕਾਹਦੀ ਵੀਰੇ, ਗਰੁੱਪ ਦੀ ਚਿੱਤਾ ਨਹੀਂ ਕਰਤਾ ਤੁਸੀਂ, ਗਰੁੱਪ ਗਰੁੱਪ ਵਾਲੀ ਨਹੀਂ ਵੀਰੇ, ਪੇਜ ਆਊਗਾ ਥੱਲੇ ਦੇਖੋ, ਰੈੱਡ ਜਿਹਾ ਮਾਰਕ ਆ ਵੀਰੇ। ਹੈਲੋ, ਹਾਂ ਜਾਂ ਮੈਂ ਕਹਿੰਦਾ ਰੈੱਡ ਜਿਹਾ ਮਾਰਕ ਲੱਗਿਆ, ਮਤਲਬ ਫੋਟੋ ਜੀ ਲੱਗੀ ਹੋਈ ਆ ਵਾਲੀਬਾਲ ਵਾਲੀ ਨਿਸ਼ਾਨ ਲੋ ਉਹਦੀ, ਉਹਦੀ ਥੱਲੇ ਦੇਖ ਲਿਓ ਵੀਰੇ। ਹਾਂ ਹੈਲੋ ਫੌਜੀ, ਟਾਸ ਹੋ ਗਈ ਕਿ ਨਹੀਂ, ਟਾਸ ਕਰਵਾ ਦੋ ਮੇਰਾ ਵੀਰ, ਇੱਧਰ ਇੱਕ ਨੰਬਰ ਗਰਾਊਂਡ ਤੇ ਵੀ ਬਹੁਤ ਵਧੀਆ ਮੈਚ ਹੈ। ਲੈ ਵੀ ਇੱਕ ਵਾਰੀ ਬਹੁਤੀ ਨੰਬਰ ਜ਼ਰੂਰ ਸਾਂਝੇ ਕਰਦੀ ਵੀਰੇ, ਕਿੰਨੇ ਕਿੰਨੇ ਹੋ ਗਏ ਹੈ, ਔਰ ਦੋਨੋਂ ਟੀਮਾਂ ਦੇ ਕਹਿੰਦੇ ਨੈੱਟਮੈਨ ਬੜੇ ਕਮਾਲ ਦੇ ਹੈ। ਇੱਧਰ ਖੰਜਰ ਵਾਲੀ ਕਹਿੰਦੇ ਪਿੰਡਰ ਦਾ ਨਾਮ ਬੜਾ ਵੱਡਾ ਹੈ, ਉਹ ਕਹਿੰਦੇ ਬੈਸਟ ਆ ਮੁੰਡੇ ਦੀ ਸਨਸਨੀ ਹੈ, ਬੜਾ ਕਹਿੰਦੇ ਵੱਡਾ ਨਾਮ ਬਣ ਗਿਆ ਮੁੰਡੇ ਦੀ, ਔਰ ਨੰਬਰ ਇੱਕ ਹੋਰ ਖੰਜਰ ਵਾਲੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ। ਦੂਜੇ ਪਾਸੇ ਭੱਟੀਆਂ ਦੀ ਟੀਮ ਹੈ,
ਬਾਬਾ ਦੀਪ ਸਿੰਘ ਸਪੋਰਟਸ ਕਲੱਬ, ਇੱਕ ਗੁਰਪ੍ਰੀਤ ਸਿੰਘ ਜੀ ਵੀਰੇ, ਅੱਜ ਬਾਸੀਆਂ ਪਿੰਡ ਦਾ ਮੰਨਿਆ ਤੇ ਨਾਲ ਕਹਿੰਦੇ ਪਾਜ ਆਇਆ ਹੋਇਆ ਖੰਜਰਵਾਲ ਦੀ ਟੀਮ ਦੇ ਲਈ, ਦੋਨੋਂ ਟੀਮਾਂ ਕਹਿੰਦੇ ਬਰਾਬਰੀ ਦੀਆਂ ਟੀਮਾਂ ਨੇ, ਵੀ ਅੱਜ ਟੱਕਰੇ ਨੇ ਹਾੜੀਆਂ ਨੂੰ ਹਾੜ ਮਿੱਤਰ ਬਾਲਾ ਬਾਏ ਪਰ ਆਊਟ ਬਾਲ, ਸਰਵਿਸ ਫੇਰ ਚੇਂਜ ਆ। ਹੈਲੋ ਬਾਬੇ ਕੀ ਸਕੋਰ ਨੀ ਲੈ ਵੀ ਰੈਫਰੀ ਲੱਭਾ ਆ ਗਿਆ ਫਿਰ ਕਿ ਨਹੀਂ ਲੱਭੇ ਲੱਭਾ ਫਰੋਸ਼ਾ ਜਿੱਥੇ ਵੀ ਆਵਾਜ਼ ਨੂੰ ਸੁਣਦਾ ਮੇਰਾ ਵੀਰ, ਕਿਰਪਾ ਕਰਕੇ ਗਰਾਊਂਡ ਨੰਬਰ 2 ਦੇ ਵਿੱਚ ਪਹੁੰਚੇ ਲੱਭਾ ਫਰੋਸ਼ਾ, ਨਾਲ ਹੀ ਇੱਕ ਨੰਬਰ ਗਰਾਊਂਡ ਦੇ ਵੀ ਦੱਸੋ ਵੀਰੇ ਕਿੰਨੇ ਕਿੰਨੇ ਸਕੋਰ ਹੈ। ਹਾਂ ਕਿਵੇਂ ਭੰਗੜਾ ਪਾਈ ਜਾਂਦਾ ਦੱਸ, ਮੈਂ ਤੇਰੇ ਲਈ ਦੱਕੀ ਜਾਂਦਾ ਕਿਹੜਾ ਪਹਿਲੇ ਰਾਊਂਡ ਦਾ ਹੀ ਬੰਦ ਖਾਲੀ ਪਿਆ ਤਾਂ ਬਾਲ ਆਏ ਬਾਈ ਬਾਲਾ ਤਕੜਾ ਮੈਚ ਲੱਗਿਆ ਵੀਰੇ, ਉਹ ਜਿਹਾ ਕਦੇ ਸ਼ੇਅਰ ਨਹੀਂ ਕਰ ਰਹੇ ਭਰਾ ਮੇਰੇ। ਹੈਲੋ ਆਟਵਾਲ ਬਾਈ ਜੀ ਆ ਗਏ ਜੰਮੂ ਦੇ ਨਾਲ, 5-3 ਸਕੋਰ ਨੇ ਵੀਰੇ ਗਰਾਊਂਡ ਨੰਬਰ 5-3 5 ਸਕੋਰ ਹੈਗੇ ਆ ਖੰਜਰਾਲ ਦੇ, 3 ਪੁਆਇੰਟ ਹੈਗੇ ਆ ਪੱਟੀ ਵਾਲਿਆਂ ਮੁੰਡਿਆਂ ਦੇ ਵੀਰੇ, ਸਰਵਿਸ ਖੰਜਰਾਲ ਦੀ ਆ ਵੀਰੇ ਬਾਲ ਆਏ ਵਾਹ ਇਹ 6 ਹੋ ਗਏ ਵੀਰੇ, ਕਿਆ 6-3 ਸਕੋਰ ਹੈਲੋ ਲੈ ਵੀ ਆ ਗਿਆ ਲੱਭਾ ਕਿ ਨਹੀਂ, ਓਕੇ ਜੀ ਕਰੋ ਸ਼ੁਰੂ ਮੈਚ ਵੀਰੇ, 2 ਨੰਬਰ ਗਰਾਊਂਡ ਬਹੁਤ ਵਧੀਆ ਮੈਚ ਖੇਡਿਆ ਜਾਣਾ ਹੈ, ਦੋਨੋਂ ਟੀਮਾਂ ਟਾਪ ਦੀਆਂ ਟੀਮਾਂ ਨੇ ਜਿਹੜਾ ਮੋਗਾ ਤੇ ਫਿਰੋਜ਼ਪੁਰ। ਕਣਕ ਠੀਕ ਆ ਵੀਰੇ, ਤੁਸੀਂ ਦੱਸੋ ਵੀਰੇ ਠੀਕ ਠਾਕ ਹੋ? ਬਾਲ ਆਏ ਕੁਗੇ ਓਏ ਸਰਵਿਸ ਪੱਟੀ ਵਾਲੇ ਮੁੰਡਿਆਂ ਦੀ ਸਰਵਿਸ ਆ ਚਾਰ ਸਕੋਰ ਹੋ ਗਏ ਵੀਰੇ ਪੱਟੀਆਂ ਦੇ 4 ਸਕੋਰ ਹੈਲੋ
ਨਾਲ ਹੀ ਵੀਰੇ ਉਸ ਤੋਂ ਬਾਅਦ ਮੈਚ ਖੇਡਣ ਦੇ ਲਈ ਤਿਆਰ ਬਰ ਤਿਆਰ ਰਹਿਣਗੇ ਟੀਮ ਦਾ ਮੈਚ ਹੋਊਗਾ ਜੀ ਗੰਡੂਆਂ ਤੇ ਗਿੱਲ ਗਰਾਊਂਡ ਨੰਬਰ ਪੁਆਇੰਟ ਇੱਕ ਹੋਰ ਜੁੜ ਗਿਆ 7-4 7-4 ਸਕੋਰ ਹੋ ਗਿਆ ਵੀਰੇ 7-4 7 ਹੈਗਾ ਸਕੋਰ ਖੰਜਰ ਵਾਲ ਦੇ ਪਨਹਾਰੀ ਤੇ ਬਾਸੀਆ ਦੀ ਬੀ ਟੀਮ ਤੇ ਖਿਡਾਰੀ ਵੀ ਆਪਣੇ ਆਪ ਨੂੰ ਰੈਡੀ ਕਰ ਲੈਣਗੇ ਪਨਹਾਰੀ ਤੇ ਬਾਸੀਆ ਦੀ ਬੀ ਟੀਮ ਦਾ ਮੈਚ ਖੇਡਿਆ ਜਾਣਾ ਗਰਾਊਂਡ ਨੰਬਰ ਇੱਧਰ ਇੱਕ ਦੇ ਵਿੱਚ ਲਓ ਟਾਪ ਦਾ ਮੁਕਾਬਲਾ ਖੇਡਿਆ ਜਾ ਰਿਹਾ ਅਗਲਾ ਮੈਚ ਜੀ ਬਹੁਤ ਸੋਹਣਾ ਵੀਰੇ ਆਇਆ ਹੋਇਆ ਮੇਰੇ ਮਿੱਤਰੋ ਵੱਡਾ ਮੈਚ ਹੈ ਲਾ ਵੀ ਦੱਸ ਕਿੰਨੇ ਕਿੰਨੇ ਬਾਲ ਆਏ ਖੰਜਰਾਲ ਦੇ ਤੇ 4 ਪੁਆਇੰਟ ਹੈਗਾ ਭੱਟੀ 8-4 ਅਜੇ ਢਿੱਲਾ ਬਾਈ ਕਰਦੇ ਮੁੰਡੇ ਤੁਹਾਡਾ ਸਾਫ ਦੀ ਸੈਟਿੰਗ ਫਿਰ ਇੱਧਰ 8 ਤੇ 4 ਨੇ 8 ਨੰਬਰ ਹੈ ਜਿਹੜੇ ਖੰਜਰਵਾਲ ਦੀ ਟੀਮ ਦੇ ਔਰ 4 ਨੰਬਰ ਜਿਹੜੇ ਭੱਟੀਆਂ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੀ ਟੀਮ ਹੋ ਗਈ ਇੱਧਰ ਮੈਂ ਬਹੁਤ ਵੱਡਾ ਧੰਨਵਾਦ ਕਰਾਂਗਾ ਆਪੋ ਆਪਣੇ ਟੀਮਾਂ ਦੇ ਵਿੱਚ ਕਬੱਡੀ ਖੇਤਰ ਦੇ ਵਿੱਚ ਇਸ ਪਿੰਡ ਦਾ ਨਾਮ ਚਮਕਾਇਆ ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ ਸਾਡੇ ਗੁਰਮਾਨ ਸਾਡੇ ਸਰਪੰਚ ਚੇਂਜ ਆ ਵੀਰੇ ਚੇਂਜ ਹੋ ਗਈ ਸਰਪੰਚ ਸਿੰਦਰ ਸਿੰਘ ਜੀ ਭੱਟੀ ਵਾਲੇ ਮੁੰਡੇ ਵਾਲੀ ਸਰਪੰਚ ਆ ਵੀਰੇ ਉਹ ਵੀ ਕੇਕੇ ਤੌਰ ਤੇ ਪਹੁੰਚੇ ਆ ਨਾਲ ਸਰਦਾਰ ਸ਼ਿੰਗਾਰਾ ਸਿੰਘ ਜੀ ਸਰਦਾਰ ਹਰਜਾਲ ਸਿੰਘ ਜੀ ਨਾਲ ਸਰਦਾਰ ਗੁਰਮੇਲ ਸਿੰਘ ਜੀ ਸਾਡੇ ਪੁਰਾਣੇ ਜਿਹੜੇ ਕਬੱਡੀ ਦੇ ਖਿਡਾਰੀ ਜਿਨ੍ਹਾਂ ਦੇ ਮੋਢਾ ਦੇ ਉੱਤੇ ਕੇ ਖੇਡ ਨੱਠੀ ਹੈ ਉਹ ਵੀ ਸਾਡੇ ਗੁਰਮਾਨ ਦੇ ਕੇਕੇ ਤੌਰ ਤੇ ਆਏ ਹੋਏ ਵਿਸ਼ੇਸ਼ ਤੌਰ ਤੇ ਟੂਰਨਾਮੈਂਟ ਤੇ ਪਹੁੰਚ ਗਿਆ ਸਾਡੇ ਗੁਰਮਾਨ ਰਿਟਾਇਰਡ ਡੀਪੀ ਸਰ ਸਤਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਬਹੁਤ ਵੱਡਾ ਧੰਨਵਾਦ ਲਓ ਅੱਧੋ ਅੱਧ ਦਾ ਫਰਕ ਹੈ 8 ਪੁਆਇੰਟ ਆ ਜਿਹੜੇ ਖੰਜਰਵਾਲ ਦੀ ਟੀਮ ਦੇ ਤੇ 4 ਨੰਬਰ ਆ ਗਰੇਵਾਲਾ ਇੱਧਰ ਜੱਸਾ ਤੱਕਦਾ ਕਹਿੰਦਾ ਜੇ ਮੈਂ ਜਿੱਤ ਗਏ ਜਿੱਥੇ ਕਹੋਗੇ ਪਾਰਟੀ ਕਰ ਦਾਂਗੇ ਆਪਾਂ ਇੱਧਰ ਧੋਗਾ ਕਹਿੰਦੀ ਆ ਬੁੜੀਆ ਬੁੱਲੇ ਉਹ ਬਾਲਾ ਕੋਕੇ ਕਹਿੰਦੇ ਨੌਵਾਂ ਜੋੜਦਾ ਮੁੰਡੇ ਨੇ ਨੌ ਪਾਰੀ ਬਾਈ 8 ਆ ਓਕੇ ਜੀ ਬਹੁਤ ਟੌਪ ਦਾ ਮੈਚ ਖੇਡਿਆ ਜਾ ਰਿਹਾ ਹੈ ਔਰ ਬਾਈ ਯਾਰ ਜੇ ਮੈਚ ਵਧੀਆ ਲੱਗਦਾ ਗਰਾਊਂਡ ਨੰਬਰ 1 ਦਾ ਯਾਰ ਤਾੜੀ ਦਾ ਮਾਰ ਦੇ ਇੱਕ ਵਾਰੀ ਦੋਨੋਂ ਟੀਮਾਂ ਲਈ ਮੇਰੀ ਬੇਨਤੀ ਆ ਬਹੁਤ ਸੋਹਣਾ ਮੈਚ ਖੇਡਿਆ ਬਾਲ ਆਏ ਕਹਿੰਦੇ ਪਿੰਦਰ ਨੇ ਇੱਕ ਵਾਰ ਕਰ 9 ਪੁਆਇੰਟ ਹੋ ਗਏ ਵੀਰੇ ਖੰਜਰਾਲ ਦੇ 9 ਪੁਆਇੰਟ ਸਾਡਾ ਚੇਂਜ ਹੋ ਗਿਆ ਵੀਰੇ 10 ਹੈਲੋ 10-4 ਸਕੋਰ ਤੇ ਵੀਰੇ ਸਾਡਾ ਚੇਂਜ ਹੋ ਗਿਆ 10 ਪੁਆਇੰਟ ਹੈਗੇ ਆ ਖੰਜਰਵਾਲ ਦੇ ਤੇ 4 ਪੁਆਇੰਟ ਹੈਗੇ ਆ ਭੱਟੀਆਂ ਦੀ ਟੀਮ ਦੇ ਸੋਰੀ ਵੀਰੇ ਭੱਟੀਆਂ ਦੀ ਟੀਮ ਦੇ ਦਾਸੀਆਂ ਦੀ ਬੀ ਟੀਮ ਦੇ ਭਣਿਆਰੇ ਇਸ ਤੋਂ ਬਾਅਦ ਗਰਾਊਂਡ ਨੰਬਰ 1 ਤੇ ਕਰੋ ਤਿਆਰੀ ਬੇਨਤੀ ਹੈ ਜੀ ਅਗਲਾ ਮੈਚ ਗਰਾਊਂਡ ਨੰਬਰ 1 ਤੇ ਖੇਡਣ ਦੇ ਲਈ ਦਾਸੀਆਂ ਦੀ ਬੀ ਟੀਮ ਦੇ ਭਣਿਆਰੀ ਵਾਲੇ ਮੁੰਡੇ ਆ ਜਾਣ 11 ਪੁਆਇੰਟ ਹੋ ਗਏ 11 ਪਾਸੇ ਜਿਹੜਾ ਮੈਚ ਚੱਲਦਾ ਪਿਆ ਨਾ 2 ਨੰਬਰ ਗਰਾਊਂਡ ਦੇ ਵਿੱਚ ਹੈਲੋ ਤੇ ਉਹ ਗੱਲਾਂ ਜਿਹੜੀਆਂ ਮੇਰੇ ਮਿੱਤਰੋ ਜੱਗੋ ਵੱਖਰੀਆਂ ਨੇ ਇੱਕ ਪਾਸੇ ਕਾਰੀਅਲ ਦੀ ਟੀਮ ਖੇਡਦੀ ਜਿਹੜੇ ਮੋਗੇ ਦੀ ਕਹਿੰਦੇ ਮੰਨੀ ਪ੍ਰਬੰਧੀ ਟੀਮ ਹੈ ਪੁਰਾਣੇ ਟੀਮਾਂ ਦੇ ਵਿੱਚ ਸਾਡੇ ਭਰਾ ਰਮਣੇ ਵਾਲੇ ਪਿੰਡੇ ਵਰਗੇ ਖੇਡੇ
ਤੇ ਦੁਨੀਆਂ ਨੇ ਕਹਿੰਦੇ ਸਰਨਾਵੇ ਪੁੱਛੇ ਆ ਲਓ ਦੇਖਾਂਗੇ ਹੁਣ ਕੌਣ ਬੱਲੇ ਬੱਲੇ ਖੜਾਉਂਦਾ ਕਾਰਜਲੇ ਪਿੰਡ ਦਾ ਗੁਰੀਆ ਨਾਲ ਕਰਨਾ ਭਾਈ ਫੁੱਲ ਸਵਾਦ ਬੰਨਿਆ ਪਿਆ ਪਾਲਾ ਗੰਜਰ ਵਾਲੀਆ ਬੈਠੇ ਮੁੰਡੇ ਰਾਜਦੀਪ ਦਾ ਕਹਿੰਦੇ ਦੂਜਾ ਵਾਲਾ ਪਿੰਡ ਆ ਵੱਡਾ ਮੈਚ ਮੇਰੇ ਮਿੱਤਰੋ ਅੱਜ ਦੇ ਦਿਨ ਦਾ ਗਰਾਊਂਡ ਨੰਬਰ 2 ਤੇ ਖੇਡਿਆ ਜਾ ਰਿਹਾ ਹੈ ਦੂਜੇ ਪੂਰਾ ਸਿਰਾ ਮੈਚ ਲੱਗਿਆ ਪਿਆ ਭਾਈ ਸੱਦਿਆ ਮੁੰਡਿਆਂ ਨੇ ਤੇ ਨਾਲ ਆ ਮੁੰਡੇ ਦਾ ਟਾਲੀ ਵਾਲਾ ਪਿੰਡ ਆ ਕੀਰਤਨਾਮ ਆ ਓਏ ਸਰਨਾ ਮੋੜੀ ਆਉਂਦੇ ਆ ਪੱਟੀ ਵਾਲਾ ਕੋਵਾ ਸਰਨਾ ਮੋੜੀ ਵਾਲਾ ਬਾਲਾ ਭਾਈ ਰਾਜਦੀਪ ਤੇਰੇ ਪੈਰਾਂ ਚ ਪੱਟੀ ਤੋੜ ਗਿਆ ਜੇ ਇੱਕ ਪੱਟੀ ਤੂੰ ਤੋੜੇ ਰਹੇ ਖਿਡਾਰੀ ਦੇ ਪੈਰਾਂ ਚ ਤੇ ਸਵਾਦ ਫੇਰ ਵੱਜਣਾ ਫੇਰ ਨਜ਼ਾਰਾ ਆਉਣਾ ਲਵਦੀਪ ਖੜਾ ਪਰਲੇ ਪਾਸੇ ਆਓ ਖੇਡੇ ਮੈਦਾਨ ਦੇ ਵਿੱਚ ਆਓ ਮੇਰੇ ਮਿੱਤਰੋ ਬੱਲੇ ਬੱਲੇ ਕਿਹੜੇ ਖਿਡਾਰੀ ਨੇ ਕਰਾਉਣੀ ਆ ਗੱਲਬਾਤ ਸਮੇਂ ਦੀ ਆ ਵੀ ਸਮੇਂ ਵਰਗਾ ਬਲਵਾਨ ਤੇ ਨਾ ਭਲਵਾਨ ਕੋਈ ਆਖਿਰ ਵੱਡਿਆ ਮੈਦਾਨ ਦੇ ਵਿੱਚ ਮੁੰਡੇ ਕਮਾਲਾ ਕਰੀ ਤੁਰੇ ਹੋਏ ਆ ਕਿਹੜੇ ਚੋਪਰ ਨੇ ਹੁਣ ਗਰਾਊਂਡ ਨੰਬਰ 1 ਤੇ ਨੰਬਰ ਜੋੜ ਦੇਣਾ ਟੀਮ ਆਪਣੀ ਵਾਲੀ ਵਕਤ ਦੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜਾਣਗੀਆਂ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਮੈਚ ਬੜਾ ਤਗੜਾ ਔਰ ਇਧਰ 1 ਨੰਬਰ ਗਰਾਊਂਡ ਤੇ ਵੀ ਪਟਾਕੇ ਪੂਰੇ ਪੈ ਰਹੇ ਆ ਦੋਵਾਂ ਟੀਮਾਂ ਦਾ ਔਰ ਕਦੇ ਬੋਲ ਬਾਲਾ ਵੱਡਾ ਲੈ ਵੀ ਘੁੱਗਿਆ ਖੰਜਰਾ ਲਈਏ ਔਰ ਮੁੰਡੇ ਨੂੰ ਕਹਿੰਦੇ ਪਿੰਦਰ ਨੂੰ ਵੀ ਬੱਲੇ ਬੱਲੇ ਕਰਾਉਣੀ ਪੈਣੀ ਆ 4-5 ਨੰਬਰ ਲਾਉਣੇ ਪੈਣੇ ਆ ਪਰ ਇੱਕ ਗੱਲ ਇਹ ਵੀ ਪੱਕੀ ਆ ਜਿੰਨਾ ਚਿਰ ਬਲ ਖੜਾ ਨਾ ਖੇਡ ਦੇ ਗਰਾਊਂਡ ਦੇ ਵਿੱਚ ਓਨਾ ਚਿਰ ਖੰਜਰਾ ਲਈਆ ਟੱਪੇ ਕਹਿ ਗੱਡਵੇ ਤੇ ਪਾ ਸਕਦਾ ਜਾਂ ਨਹੀਂ ਵੀ ਪਾ ਸਕਦਾ ਇਹ ਤੇ ਗੱਲਾਂ ਬਾਤਾਂ ਜਿਹੜੀਆਂ ਵਕਤਦੀਆਂ ਨੇ ਉਹ ਖੇਡ ਦੇ ਮੈਦਾਨ ਦੇ ਵਿੱਚ ਵਾਲੀਵਾਲ ਦਾ ਕਹਿੰਦੇ ਵੱਡਾ ਬੰਦਾ ਬੱਲੇ ਬੱਲੇ ਕਰਾਈ ਤੁਰਿਆ ਹੋਗਾ ਚੋਬਰ ਲੈ ਵੀ ਤਲਵੰਡੀ ਵਾਲਿਆ 10-11 ਨੰਬਰ ਕਿੰਨੇ ਕਿੰਨੇ ਆ 1 ਨੰਬਰ ਗਰਾਊਂਡ ਦੇ ਆਪਾਂ ਪੁੱਛੀਏ ਮੁੰਡਿਆਂ ਨੂੰ ਵੀ ਨੰਬਰ ਕਿਹੜੀ ਟੀਮ ਦੇ ਕਿੰਨੇ ਕਿੰਨੇ ਆ ਚਾਚਾ ਜੀ ਜ਼ਰੂਰ ਦੱਸੋ ਨੰਬਰ ਕਿੰਨੇ ਕਿੰਨੇ ਆ ਕਿੰਨੇ ਕਿੰਨੇ ਪੁਆਇੰਟ ਦੱਸੋ ਮੇਰਾ ਵੀਰ ਬਣ ਕੇ ਬਹੁਤ ਵਧੀਆ ਮੈਚ ਹੈ 12-4 ਜੀ 12-4 ਦਾ ਰਿਕਾਰਡ ਦਾ ਖੇਡਿਆ ਜਾ ਰਿਹਾ 12 ਨੰਬਰ ਆ ਜਿਹੜੇ ਖੰਜਰਬਾਜ਼ ਦੀ ਟੀਮ ਦੇ ਔਰ 4 ਦੇ ਚੱਕੇ ਜਾਮ ਕਰੇ ਪਏ ਮੁੰਡਿਆਂ ਨੇ ਬੜਾ ਵੱਡਾ ਫਰਕ ਹੈ ਨੰਬਰ 1 ਪਾਸੇ ਮੈਂ ਤੱਕਦਾ ਵੀ 12-1 ਪਾਸੇ 4 ਵੱਡੀ ਵੱਡੀ ਲੀਡ ਬਣਾਈ ਬੈਠੇ ਮੁੰਡੇ ਉੱਡਦੀ ਧੂੜ ਆ 2 ਨੰਬਰ ਗਰਾਊਂਡ ਦੀ ਪੇਚਾ ਕਹਿੰਦੇ ਵੱਡੀਆਂ ਟੀਮਾਂ ਦਾ ਪਿਆ ਹੋਇਆ ਮੇਰੇ ਮਿੱਤਰੋ ਸਵਾਦ ਆ ਆਹ ਕਦੇ ਮੁੰਡੇ ਦੀ ਗੱਲਬਾਤ ਵੱਖਰੀ ਆ ਲਵਦੀ ਦਾ ਮੁੰਡਾ ਕਹਿੰਦੇ ਤਿੰਨ ਪਰਿਵਾਰ ਦਾ ਤੇ ਦੂਜੇ ਪਾਸੇ ਰਾਜਦੀਪ ਟੱਕਰ ਕਹਿੰਦੇ ਸਿਰੋਂ ਦੀ ਆ ਵੀ ਟੱਕਰ ਹੋ ਗਈ ਨਹੀਂ ਆਇਆ ਦੀਪ ਚੌਧਰੀ ਵੀਰੇ ਨਹੀਂ ਆਇਆ ਕੁਲਦੀਪ ਨਹੀਂ ਆਇਆ ਕੁਲਦੀਪ ਅੱਜ ਨਹੀਂ ਆਇਆ ਵੀਰੇ ਕੋਠਾ ਗੁਰੂ ਵਾਲਾ ਦੀਪ ਚੌਧਰੀ ਵੀਰ ਪੁਆਇੰਟ ਹੈ ਗਿਆ ਵੀਰੇ 4-12 4-12 ਸਕੋਰ ਆ ਵੀਰੇ 6-3
6-2 ਦੀ ਟੱਕਰ ਆ, ਮੈਚ ਬੜਾ ਤਗੜਾ, 6-2 ਦੀ ਟੱਕਰ ਆ। ਉਹ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਬੱਲੇ ਬੱਲੇ ਕਰਾਈ ਤੁਰਿਆ ਹੋਇਆ ਇੱਧਰ। ਉਹ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਸਕੋਰ ਹੋ ਗਏ ਵੀਰੇ, ਪੱਟੀ ਵਾਲਾ ਮੁੰਡਾ ਦੇ 5 ਸਕੋਰ ਹੋ ਗਏ, 12 ਪੁਆਇੰਟ ਹੈ ਗਿਆ ਖੰਜਰ ਵਾਲਾ ਵਾਲਿਆਂ ਦੇ ਵੀਰੇ। ਚੁੱਗਿਆ ਵਾਲਾ ਪਿੰਡਾਂ ਵੀ ਅੱਜ ਤੇ ਔੜ ਬੜਿਆ ਤੁਰਿਆ ਹੋਗਾ, ਨੰਬਰ ਕੋਈ ਨਾ ਕੋਈ ਉਹ ਜੋੜਨਾ ਪੈਣਾ ਇਹਨਾਂ ਖੇਡ ਦੇ ਗਰਾਊਂਡਾਂ ਦੇ ਵਿੱਚ। ਪੱਕਾ ਬਖਸ਼ਦੀਕ ਵੀ ਉਹ ਮੇਰੇ ਮਿੱਤਰੋ ਕਮਾਲ ਕਰਦਾ ਜਾਂ ਫਿਰ ਨਹੀਂ, ਇਹ ਤੇ ਸਮੇਂ ਦੀਆਂ ਗੱਲਾਂ ਨੇ। ਮੈਂ ਉਹ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਮੈਚ ਦੋਵਾਂ ਟੀਮਾਂ ਦਾ ਚੋਟੀ ਦਾ, ਇੱਧਰ ਇੱਕ ਤੇ ਵੀ ਉਹ ਪਟਾਕੇ ਪੂਰੇ ਪੈ ਰਹੇ ਆ, ਕਹਿੰਦੇ ਪੜਾਕੇ ਪੈ ਰਹੇ ਆ, ਪਰ ਸਾਹਮਣੇ ਬਾਹਰ ਜੋ ਵੀ ਆਉਂਦਾ ਹੈ। ਔਰ ਸਫਲਤਾ ਜਿਹੜੀ ਖੰਜਰਵਾਲ ਦੀ ਟੀਮ ਦੇ ਖਾਤੇ ਵਿੱਚ ਮੇਰੇ ਮਿੱਤਰ ਇੱਕ ਹੋਰ ਜੁੜ ਗਈ ਹੈ, ਖੰਜਰਵਾਲ ਪਿੰਡ ਦੀ, ਕਹਿੰਦੇ ਬਿੰਦਰ ਦਾ ਪਿੰਡ ਆ, ਰਾਜੂ ਦਾ ਪਿੰਡ ਆ, ਮੇਰੇ ਮਿੱਤਰ ਭਗਤ ਸਿੰਘ ਹੋਰੀ ਖੇਡੇ ਤੇ ਦਰਿਆ ਭਰ ਦੇ ਵਿੱਚ ਗੱਲਾਂ ਚੱਲੀਆਂ ਤੇ ਕਹਿੰਦੇ ਅੱਗੇ ਚੱਲ ਕੇ ਪਿੰਦਰ ਵਰਗਿਆ ਉਹ ਕਹਿੰਦੇ ਢੋਗੇ ਵਰਗਿਆ ਮੇਰੇ ਮਿੱਤਰ ਵਾਲੀ ਗੱਲ ਸਮਝੀ ਆ, ਆਪੋ ਆਪਣੇ ਪਿੰਡਾਂ ਦਾ ਮੁੰਡੇ ਕਹਿੰਦੇ ਮਾਣ ਬਣ ਕੇ ਆਏ ਹੋਏ ਆ, ਖੰਜਰ ਵਾਲੀਆ ਪਿੰਦਰ ਆ, ਸਰਦਾਰ ਖੜਾ ਨੇੜ ਤੇ ਮੇਰੇ ਮਿੱਤਰ ਸਿਕੰਦਰ ਨੇ ਤੇ ਆ ਟੱਕਰ ਆ ਗਿਆ ਪੋਰਸ, ਰਾਜ ਹੋਇਆ ਨੀ ਕਿਸੇ ਤੋਂ, ਮਹਾਰਾਜੇ ਰਣਜੀਤ ਵਰਗਾ ਪੱਟਾਂ ਬੜਿਆਂ ਨੇ ਮਾਰਿਆ, ਲਗਾਤਾਰ ਕ੍ਰਾਸ ਕਰੀ ਆਉਂਦਾ ਵੀਰੇ ਰੈਡ ਬੋਲ ਦਾ ਤਾਂ ਕਹਿੰਦੇ ਉਹਦਾ ਨਾਮ ਹੀ ਹੈ, ਹਜ਼ਾਰ ਮੀਲ ਦੇ ਬੰਦਾ ਸਟਾਰ ਵੱਕ ਪੀ ਕੇ ਪਾਰਦਾ ਤੇ ਗ੍ਰੇਟ ਡੇਨ ਦੀ ਕਿੱਥੋਂ ਰੀਸ ਕਰ ਲਈ ਹੈ, ਬਈ ਟਰਾਲਾ ਬੈਨ ਗਾੜਦਾ ਅਫਗਾਨੀ ਅੱਜ ਵੀ ਥਰ ਥਰ ਕੱਪਦੇ ਆ, ਨਾਮ ਸੁਣ ਕੇ ਹਰੀ ਸਿੰਘ ਨਲੂਏ ਸਰਦਾਰ ਦਾ ਤੇ ਉਹਦੇ 53 ਫੁੱਟਾਂ ਕੀ ਬੈਕ ਲੱਗਣਾ, ਬਈ ਜਿਹਦੇ ਹਾਲੇ ਤੱਕ ਲਾਇਸੈਂਸ ਨਹੀਂ ਲਿਆ ਕਾਰ ਦਾ ਤੇ ਕੁੜਤਾ ਪਜਾਮਾ ਜੇ ਰੂਹ ਨਾ ਸੁਣਾਇਆ ਹੋਵੇ ਨਾ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਥੋੜਾ ਬਹੁਤ ਵੀ ਜਾਣਦੇ ਆ, ਇੱਕ ਵਾਰੀ ਜ਼ੋਰਦਾਰ ਤਾੜੀ ਮਾਰਦੇ ਆ ਸੰਤਾਂ ਦੇ ਨਾਮ ਤੇ, ਬੜਾ ਵੱਡਾ ਇਤਿਹਾਸ, ਬੜੀ ਵੱਡੀ ਕੁਰਬਾਨੀ ਹੈ, ਵੱਡਾ ਨਾਮ ਹੈ। ਇਧਰਲੇ ਪਾਸੇ ਕਹਿੰਦੇ ਫੇਰ ਗਲਤੀ ਕਰ ਗਿਆ ਮੁੰਡਾ ਗਰੇਵਾਲ ਪਰਿਵਾਰ ਦਾ ਤੇ ਨੰਬਰ ਅਜੇ ਖੰਜਰਵਾਲ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ। ਹਾਂਜੀ ਹਾਂਜੀ ਗੁਰਪ੍ਰੀਤ ਸਿੰਘ ਜੀ ਮੰਡੇਰ, ਹਾਂਜੀ ਹਾਂਜੀ ਗੁਰਜੀਤ, ਪਰ ਕਿਹੜਾ ਖਿਡਾਰੀ ਹੋਰ ਬੱਲੇ ਬੱਲੇ ਕਰਾਉਂਦਾ ਖਿਡਾਰੀ ਭੋਗਿਆ, ਗੁਰਜੀਤ ਸਿੰਘ ਮੰਡੇਰ, ਹਾਂਜੀ ਹਾਂਜੀ ਵੀਰ ਦੱਸੋ ਵੀ ਨੰਬਰ ਜਿਹੜੇ ਲਾਉਣੇ ਪੈਣੇ ਆ, ਸ਼ਰਾਬ ਫੇਰ ਵੱਜਣਾ, ਗੱਲਾਂ ਬਾਤਾਂ ਫੇਰ ਟਿਕਾਣੇ ਲੱਗਣੀਆਂ ਨੇ, ਆਓ ਸਾਰੇ ਭਰਾ ਜਿੰਨੇ ਵੀ ਲਾਈ ਦੇਖ ਰਹੇ ਹੋ ਰਵੀ ਵਰਗੇ, ਗੁਰਜੀਤ ਸਿੰਘ ਮੰਡੇਰ ਵਰਗੇ ਵੀਰੇ, ਸਾਰਿਆਂ ਦਾ ਭਰਾਵਾਂ ਦਾ ਸਵਾਗਤ ਆ ਮੇਰੇ ਸਾਰੇ ਭਰਾਵਾਂ ਦਾ, ਜਲਾਲਾਬਾਦ ਦੀ ਉਹ ਕਦੇ ਬੁੱਕਰ ਕੇ ਵਸਿਆ ਹੋਇਆ
ਦੱਸਦਿਆਂ ਦੱਸਦਿਆਂ ਵੀਰੇ ਗੁਰਸੇਵ ਕਾਲਕ ਖੰਜਰ ਵਾਲ ਦੇ ਪੁਆਇੰਟ 13-14 ਹੋਣਗੇ ਵੀਰੇ ਤੇ ਓਲੀ ਸਾਈਡ ਪੁਆਇੰਟ 5 ਨੇ ਵੀਰੇ ਪੱਟੀਆਂ ਦੇ ਉਹ ਬਾਲ ਆ ਰਿਕਿਆ ਬਾਲ ਆ ਘੋਗੇ 10-9 ਇਧਰ ਇਧਰ 15 ਪੁਆਇੰਟ ਹੋ ਗਏ ਮੈਨੂੰ ਲੱਗਦਾ ਖੰਜਰ ਵਾਲੀ 15 ਪੁਆਇੰਟ ਆ ਇਧਰ 9 ਪੁਆਇੰਟ ਆ ਜਿਹੜੇ ਬਾਕੀ ਆ ਪਤਾ ਕਰਕੇ ਦੱਸਦੇ ਆ ਵੀਰੇ ਲਰਦੀਪ ਨੇ ਕੋਸ਼ਿਸ਼ ਕੀਤੀ ਆ ਪਰ ਫਾਉਲ ਆ ਔਰ ਸਫਲਤਾ ਜਿਹੜੀ ਕਾਲੀ ਵਾਲੀ ਟੀਮ ਆਟਵਾਲ ਕੈਲਪਰ ਦਾ ਨਾਮਾ ਹੈ ਤੇ ਨਾਲ ਜਿਹੜਾ ਮੁੰਡਾ ਇਧਰਲੇ ਪਾਸੇ ਖੇਡ ਰਿਹਾ ਹੈ ਲਰਦੀਪ ਨੂੰ ਕਹਿੰਦੇ ਆਪਣਾ ਆਈਡਲ ਬਣਦਾ ਕਿ ਇਧਰ ਰਾਜਵੀਰ ਦਾ ਬਈਆਲ ਪਿੰਡਾ ਹੈ ਔਰ ਬਿਲਕੁਲ ਕਦੇ ਨਵੀਂ ਉਮਰ ਦਾ ਚੰਗ ਉਮਰ ਦਾ ਮੁੰਡਾ ਹੈ ਮੈਂ ਵੀ ਹੋਰ ਜੋਰ ਆਪਣੇ ਸਾਰੇ ਜਿਹੜੇ ਨਵੇਂ ਭਰਾ ਜੁੜੇ ਫਾਲੋ ਜ਼ਰੂਰ ਕਰ ਲਿਓ ਬਾਲ ਹੈ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਆ ਸੁਮੀ ਰਾਜਵੀਰ ਪੱਟੀਆਂ ਵਾਲਾ ਉਧਰ ਕਾਲੀ ਵਾਲੇ ਪਿੰਡ ਦਾ ਕਰਦਾ ਹੈ ਜਿਹੜੇ ਰਹਿਣ ਵਾਲੇ ਜਿਹੜੇ ਨਵੇਂ ਭਰਾ ਜੁੜੇ ਆਪਣੇ ਪੇਜ ਨੂੰ ਫਾਲੋ ਜ਼ਰੂਰ ਕਰ ਲਿਓ ਕਿ ਆਪਣਾ ਲਾਈਵ ਸਹੀ ਚੱਲੀ ਜਾ ਰਹੇ ਆ ਲਾਈਕ ਜ਼ਰੂਰ ਕਰ ਦਿਓ ਵੀਰੇ ਲਾਈਕ ਲਾਈਕ ਜ਼ਰੂਰ ਕਰਿਓ ਆਪਣੇ ਫੁੱਲ ਫਿੱਟ ਖੇਡੀ ਜਾਂਦਾ ਵੀਰੇ ਫੁੱਲ ਫਿੱਟ ਲੋਕਾਂ ਨੇ ਕਹਿਣਾ ਵੀ ਏਡੀ ਕੋਈ ਖਾਸ ਨੀ ਉਹ ਹੁਣ ਤੇ ਕੁਝ ਨਾ ਕੁਝ ਕਰਨਾ ਪਊਗਾ ਵੀ ਦੁਸ਼ਮਣ ਨਾਲ ਪੰਗਾ ਲਈਏ ਤੇ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਧੰਨਵਾਦ ਧੰਨਵਾਦ ਗੁਰਸੇਵ ਕੌਲ ਸਿੰਘ ਧੰਨਵਾਦ ਵੀਰੇ ਨੰਬਰ ਦੱਸੋ ਜੀ 8-16 ਪੁਆਇੰਟ ਆ 8 ਹੈ ਗਿਆ ਪੱਟੀ ਵਾਲਾ ਮੁੰਡਿਆਂ ਦੇ 16 ਪੁਆਇੰਟ ਹੈਗਾ ਖੰਜਰ ਵਾਲ ਦੇ 8-16 ਪੁਆਇੰਟ ਆ ਬਾਈ 8-16 ਖਿੱਚੀ ਚਲੋ ਕੰਮ ਵੀਰੇ ਖਿੱਚੀ ਚਲੋ ਬਾਸੀਆਂ ਦੀ ਬਿਊਟੀ ਦੇ ਨਾਲ ਖੇਡਿਆ ਜਾਣਾ ਹੈ ਇਹ ਮੁੰਡੇ ਕਿਰਪਾ ਕਰਕੇ ਤਿਆਰੀ ਰੱਖਣਗੇ ਕਰਨਾ ਬੱਲੇ ਮੁੰਡਿਆ ਔਰ ਮੁੰਡੇ ਦਾ ਸਰੀਰ ਤੇ ਕਦੇ ਪਤਾ ਲੱਗਦਾ ਵੀ ਮਿਹਨਤ ਕੀਤੀ ਹੋਈ ਆ ਢੋਲਾ ਵਾਧੂ ਪਿੰਡ ਦੇ ਮਾਸ ਵੀ ਨਜ਼ਰ ਆਉਂਦਾ ਖੇਡਰ ਦੇ ਇੱਕ ਹੋਰ ਤਕੜਾ ਪੁਆਇੰਟ ਕਹਿੰਦੇ ਕਰਨੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਇੱਧਰ 16-8 ਹੈ ਹੈਲੋ
ਬਾਲ ਆ ਕੋਮਲ ਗਰੇ ਵਾਲਿਆਂ ਦਾ ਮੁੰਡਾ ਵੀਰੇ ਬਾਈ ਜੀ ਆਓ ਕੋਮਲ ਗਰਾਊਂਡ ਨੰਬਰ 1 ਦੇ ਵਿੱਚ ਬਾਈ ਜੀ ਦਾਸੀਆਂ ਦੀ ਬੀ ਟੀਮ ਬਾਈ ਦਾਸੀਆਂ ਦੇ ਨੇੜੇ ਆ ਵੀਰੇ ਗਰਾਊਂਡ ਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਦੇ ਸਾਰੇ ਨਵੇਂ ਮੁੰਡੇ ਆਏ ਨਿੱਕਾ ਗਲਤੀ ਕਰ ਗਿਆ ਬਾਈ ਮੁੰਡੇ ਵਾਲੀਬਾਲ ਦਾ ਬੜੀ ਰੀਝ ਨਾਲ ਵਾਲੀਬਾਲ ਖੇਡਦੇ ਆ ਦਾਸੀਆਂ ਪਿੰਡ ਦਾ ਕਹਿੰਦੇ ਬੱਚਾ ਬੱਚਾ ਵਾਲੀਬਾਲ ਖੇਡਦਾ ਹੈ ਕਿੰਨੇ ਵੱਡੇ ਮਾਣ ਵਾਲੀ ਗੱਲ ਹੈ ਹਰ ਇੱਕ ਪਿੰਡ ਦੀ ਆ ਘੱਟੋ ਘੱਟ 4-5 ਟੀਮਾਂ ਬਣ ਜਾਂਦੀਆਂ ਇਹਦੀ ਕਿਸੇ ਕਿਸੇ ਗੋਪਾ ਵੀ ਨਹੀਂ ਆਇਆ ਗੋਪਾ ਨਹੀਂ ਆਇਆ ਜਿਹੜਾ ਮੋਗਾ ਵੀ ਮੋਗੇ ਵਾਲੇ ਫੌਜ ਵਿੱਚ ਬਾਹਲੇ ਧਰਤੀ ਤੇ ਅੰਮ੍ਰਿਤਸਰ ਮੱਥਾ ਮਾਰਦੇ ਮਲੇਟ ਦੇ ਤੇ ਮਾਨਸਾ ਦੇ ਚੱਕ ਸਿਰ ਜਾਉਣ ਮਸਲਾ ਬਈ ਲੁਧਿਆਣੇ ਆ ਕੇ ਚੰਡੀਗੜ੍ਹ ਆਸ਼ਕੀ ਤੇ ਮੁੱਕਣਾ ਵੀ ਕਦੇ ਫੇਰ ਚੇਂਜ ਆ ਵੀਰੇ ਸਰਵਿਸ ਫੇਰ ਚੇਂਜ ਆ 16-8 ਪੁਆਇੰਟ ਦੇ ਸਰਵਿਸ ਫੇਰ ਚੇਂਜ ਆ ਵੀਰੇ ਦੂਜੇ ਪਾਸੇ ਕਾਲੀ ਵਾਲੇ ਪਿੰਡ ਦਾ ਗੁਰੀ ਹੈ ਲੈ ਗੁਰੀ ਮੈਂ ਨੀ ਕਹਿੰਦਾ ਤੇ ਲੋਕੀ ਗੱਲਾਂ ਕਰਦੇ ਵੀ ਕੰਮ ਠੰਡਾ ਜਾ ਪਿਆ ਘੁੰਮ ਗਿਆ ਗਲਤੀ ਕਰ ਗਿਆ 16-8 ਤੇ ਚੇਂਜ ਹੋਈ ਜਾਂਦੀ ਆ ਵੀਰੇ 16-8 ਤੇ ਹੀ ਪਤਾ ਨੀ ਅਜੇ ਕੁਛ ਕੀ ਬਣਨਾ ਵਾ ਮੈਚ ਦਾ ਅਜੇ ਕੁਛ ਪਤਾ ਨੀ ਹੈਗਾ ਬਾਲ ਹੈ ਕੋ ਗਿਆ ਧੰਨਵਾਦ ਕਰਾਂਗਾ ਲੱਭਿਆ ਨਹੀਂ ਰੀਸਾਂ ਤੇਰੀਆਂ ਕਹਿੰਦੇ ਧੰਨ ਧੰਨ ਕਰਵਾ ਦਿੱਤੀ ਹੈ ਖੇਡ ਦੇ ਮੈਦਾਨ ਕਰ ਦਿੱਤਾ 17-8 ਸਕੋਰ ਹੋ ਗਏ ਸਾਂਝੀਆਂ ਕਰਵਾ ਵੀ ਕੋਮਲੇ ਕੁਝ ਨਾ ਕੁਝ ਤੇ ਕਰਨਾ ਪੈਣਾ ਉਹ ਗੱਲਬਾਤ ਫੇਰ ਟਿਕਾਣੇ ਲੱਗਦੀ ਹੈ ਮੈਚ ਬੜਾ ਚੋਟੀ ਦਾ ਦੋਵਾਂ ਟੀਮਾਂ ਦਾ ਉਹ ਬੜਾ ਵੱਡਾ ਮੈਚ ਆ ਦੋਵਾਂ ਟੀਮਾਂ ਦੇ ਖਿਡਾਰੀਆਂ ਚ ਕਦੇ ਜੰਗ ਦੇ ਦੀ ਉਹ ਛਿੜੀ ਹੋਈ ਹੈ ਮੇਰੇ ਮਿੱਤਰੋ ਨਾ ਖੇਡਦੇ ਉਹ ਗਰਾਊਂਡਾਂ ਦੇ ਵਿੱਚ ਲਓ ਸਾਹਮਣੇ ਗਰਾਊਂਡ ਨੰਬਰ 2 ਤੇ ਵੀ ਲਾਲਾ ਦਾ ਐਨ ਗੋਲੀ ਸਾਰੀ ਤੁਰਿਆ ਆਉਂਦਾ ਉਹ ਕਮਾਲ ਕਰੀ ਆਉਂਦਾ ਲਾਰਾ ਲਾਰਾ ਬੱਲੇ 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 ਕਮਾਲ ਕਰੀ ਆਉਂਦਾ ਲੜੀ ਗੁਰੀ ਕਿਆ ਮੁੰਡੇ ਨੂੰ ਵੀ ਬਾਲਾਂ ਦਾ ਬਾਲਾ ਲਾਉਣੀਆਂ ਪੈਂਦੀਆਂ ਔਰ ਰਾਜੀਵ ਨੂੰ ਵੀ ਕਹਿੰਦੇ ਵੀ ਫੇਰੂ ਸ਼ਹਿਰੀਏ ਤੋਂ ਥੋੜਾ ਬਚ ਕੇ ਰਹਿਣਾ ਪੈਣਾ ਔਰ ਖੇਡ ਦੇ ਮੈਦਾਨ ਚ ਇੱਥੇ ਰੱਖ ਬੱਲੇ ਪੱਕਾ
ਦਾ ਵਸਨੀਕ ਹੋਰ ਖੁਸ਼ ਹੋਇਆ। ਪਹਿਲਾ ਭਾਵੇ ਉਹ ਖੇਡ ਦੇ ਮੈਦਾਨਾਂ ਚ ਮੁੰਡਾ ਖੇਡ ਦੇ ਗਰਾਊਂਡਾਂ ਚ ਬੱਲੇ ਬੱਲੇ ਕਰਾਈ ਤੁਰਿਆ ਹੋਗਾ। ਮੁੰਡਾ ਥੋੜਾ ਨਿਰਾਸ਼ ਸੀ ਪਹਿਲਾਂ ਕਿਉਂਕਿ ਇੱਕ ਦੋ ਬਾਲਾਂ ਬਣ ਕੇ ਆਈਆਂ, ਪਰ ਹੁਣ ਕਮਾਲ ਕਰ ਦਿੱਤੀ ਆ ਚੋਬਰ ਨੇ ਇਹਨਾਂ ਖੇਡ ਦੇ ਗਰਾਊਂਡਾਂ ਚ। ਇੱਧਰ ਦੋ ਤੇ ਵੀ ਕਮਾਲ ਹੋਈ ਪਈ ਆ, ਬੱਲੇ 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 ਬਾਈ ਬਹੁਤ ਵਧੀਆ ਟਰਾਈ ਕੀਤੀ ਨਿੱਕੇ ਨੇ ਬਾਈ, ਬਹੁਤ ਵਧੀਆ ਟਰਾਈ ਕੀਤੀ। ਹੋਲੀ ਬਾਈ ਯਾਰ, ਜਿਨ੍ਹਾਂ ਨੂੰ ਪਿੰਦਰ ਦੀ ਖੇਡ ਵਧੀਆ ਲੱਗੀ ਯਾਰ, ਇੱਕ ਵਾਰੀ ਪਿੰਦਰ ਲਈ ਤਾਂ ਵੀ ਮਾਰ ਦੋ ਯਾਰ ਜ਼ੋਰਦਾਰ। ਇਹ ਆ ਗੁਰਦਾਸ ਸਿੱਖ ਸਰਦਾਰ, ਔਰ ਕਹਿੰਦੇ ਬੈਸਟ ਦਾ ਦੂਜਾ ਨਾਮ ਹੈ। ਨੰਬਰ ਦੱਸੋ ਜੀ, ਲਾਸਟ ਹੈ ਓਕੇ। ਚੱਲ ਰਿਹਾ ਮੈਚ ਕੰਜਰਾਲ ਦੀ ਟੀਮ ਜਿੱਤ ਗਈ ਵੀਰੇ, ਚੱਲ ਰਿਹਾ ਮੈਚ ਕੰਜਰਾਲ ਦੀ ਟੀਮ ਜਿੱਤ ਗਈ। ਅਗਲਾ ਮੈਚ ਵੀਰੇ ਭਨਿਆਰੀ ਦਾ ਮੈਚ ਆ।